ਬਾਤ ਮਜਾਜ਼ੀ ਰਮਜ਼ ਹੱਕਾਨੀ ਤੇ ਵਨ ਵਨਾਂ ਦੀ ਕਾਠੀ ਸਫਰੁਲ ਇਸ਼ਕ ਕਿਤਾਬ ਬਣਾਈ ਸੈਫ ਛੁਪੀ ਵਿੱਚ ਲਾਠੀ ਤੇ ਜਿੰਨਾ ਤਲਬ ਕਿਸੇ ਦੀ ਹੋਸੀ ਪੜ ਕਿਸਾ ਖੁਸ਼ ਹੋ ਸੰ ਤੇ ਜਿੰਨਾ ਜਾਗ ਇਸ਼ਕ ਦੀ ਸੀਨੇ ਜਾਗ ਸਵੇਰੇ ਰੋਸਨ ਅਸੀਂ ਜਦੋਂ ਆਖਿਆ ਨਾ ਮਿੱਟੀ ਹੋ ਗਿਆ ਯਾਨੀ ਮਰ ਗਿਆ ਤੇ ਮਰਨਾ ਜਿਹੜਾ ਉਹ ਪਿਆਰਿਓ ਮਿੱਟੀ ਦਾ ਫਰਜ਼ੀ ਮੈਣਾ ਅਸਲੀ ਹਕੀਕੀ ਮੈਣਾ ਨਹੀਂ ਅਸਲੀ ਮੈਣਾ ਮਿੱਟੀ ਦਾ ਇਹ ਮਿੱਟੀ ਹੋਈਏ ਪੁੱਤਰ ਤੋਂ ਪੁੱਤਰ ਹੋ ਜਾਂਦੇ ਨੇ ਹਾਂਜੀ ਪਰ ਮਾਪੇ ਕਦੀ ਘਮਾਪੇ ਨਹੀਂ ਹੁੰਦੇ ਸੱਸ ਸੋਣੀ ਤੋਂ ਉਹਨੂੰ ਅੰਮੀ ਜੀ ਆਖਣਾ ਹੈ ਤੇ ਅਬ ਸਹੁਰੇ ਨੂੰ ਅੱਬਾ ਜੀ ਆਖਣਾ ਤੇ ਆਪਣੀ ਮਾਂ ਨਾਲ ਕੋਣਾ ਵੀ ਪਸੰਦ ਨਹੀਂ ਕਰਨਾ ਤੇ ਆਪਣੇ ਪਿਓ ਨਾਲ ਵੀ ਕੋਣਾ ਪਸੰਦ ਨਹੀਂ ਕਰਨਾ ਇਹ ਦੋਵੇਂ ਮਾਂ ਤੇ ਪਿਓ ਇਹ ਕਦੀ ਮਤਲਬੇ ਔਲਾਦ ਦੇ ਦੁਸ਼ਮਣ ਨਹੀਂ ਹੋ ਸਕਦੇ ਲੇਕਿਨ ਔਲਾਦਾ ਜਿਹੜੀਆਂ ਨੇ ਉਹ ਕਈ ਵਾਰੀ ਆਪਣੇ ਪੁੱਤਰ ਹੋਣ ਦੇ ਮਰਤਬੇ ਤੋਂ ਥੱਲੇ ਡਿੱਗ ਪੈਂਦੀਆਂ ਸੱਸ ਦੀ ਵੀ ਇੱਜ਼ਤ ਕਰਨ ਸਹੁਰੇ ਦੀ ਵੀ ਇੱਜ਼ਤ ਕਰਨ ਲੇਕਿਨ ਆਪਣੇ ਮਾਪਿਓ ਦੀ ਦੇ ਮੁੱਲ ਤੇ ਨਾ ਉਹਨਾਂ ਦੀ ਇੱਜ਼ਤ ਕਰਨੇ ਭੁੜਾਪੇ ਮੇ ਨਾ ਹੋ ਜਿਸੇ ਮਾਂ ਬਾਪ ਦਾ ਖਿਆਲ ਉਸ ਨਾਸਾਇਦ ਬੇਟੇ ਦੀ ਕਿਸਮਤ ਉਲਟ ਗਈ ਕੰਦ ਹਮ ਢਾਈ ਆਲਿਆਂ ਹਮ ਤੇ ਘਰ ਖਾਦਾ ਸਾਲਿਆਂ ਜਦੋਂ ਕੱਚੀਆਂ ਕੰਦਾਂ ਬਣਾਈ ਦੀਆਂ ਸਨ ਨਾਂ ਜੀ ਜੀ ਇਹ ਉਸ ਵੇਲੇ ਦਾ ਖਾਣਾ ਹੈ ਕਿ ਕੰਦ ਜਿਹੜੀ ਕੰਦ ਬਣਾਣੀ ਤੇ ਨਾਲ ਉਹਦੇ ਆਲੇ ਬਣਾ ਦੇਣੇ ਨਨਾਨ ਦਾ ਨਨਾਨ ਵਈਆ ਹਮ ਮੇਰਾ ਕੀ ਲੱਗਾ ਠਮਕ ਠਈਆ ਬਹੁਤ ਦੂਰ ਦਾ ਜਿਹੜਾ ਸਿਲਸਿਲਾ ਹੈ ਉਹਨੂੰ ਮਤਲਬ ਇਹਨਾਂ ਵੀ ਚੇਤੇ ਜ ਰੱਖਣਾ ਜਾਂ ਉਹਨਾਂ ਨਾਲ ਮਿਲਤਗਿਲਤ ਰੱਖਣੀ ਬੜੀ ਔਖੀ ਹੋ ਜਾਂਦੀ ਹੈ ਰੌਣਕ ਹੋ ਜਾਉ ਛੱਟਵੇਂ ਚੱਲ ਮੇਲੇ ਨੂੰ ਚਲੀਏ ਬismillahirrahmanirrahim ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁ ਅਲੈਕੁਮ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਹਾਈਆਂ ਤੋਂ ਸਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ ਸਾਡੇ ਵੀ ਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ। ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭੇਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਪਿਆਰਿਓ ਅਸੀਂ ਤੁਹਾਡੇ ਕਮੈਂਟਸ ਦੇ ਛੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆ ਪਿਆਰਿਓ ਸਾਡੇ ਇੱਕ ਬੜੇ ਨਿੱਗੇ ਤੇ ਉੱਗੇ ਤੇ ਬੜੇ ਮੁਹਤਰਮ ਬਜ਼ੁਰਗ ਦਰਸ਼ਕ ਜੰਡਵਾਲਾ ਉਹਨਾਂ ਦਾ ਪਿੰਡ ਏ ਹੁਜਰਾ ਸ਼ਾ ਮੁਕੀਮ ਤੇ ਦਿਬਾਲਪੁਰ ਦੇ ਦਰਮਿਆਨ ਇਹ ਮੋਜ਼ਾ ਵਾਕਿਆ ਏ ਸਾਡੇ ਜਿਹੜੇ ਪਰਮਾਨੈਂਟ ਵਿਊਅਰ ਨੇ ਉਹਨਾਂ ਦਾ ਇਸਮੇ ਗ੍ਰਾਮੀ ਹੈ غلام ਮੁਸਤਾਫਾ ਖਾਨ ਲੋਦੀ ਖਾਨ ਸਾਹਿਬ ਸਾਡੇ ਬੜੇ ਪਿਆਰੇ ਬਾਬਾ ਜੀ ਨੇ ਬੜੇ ਸੁخن شناਸ ਨੇ ਔਲੀਆ کرام ਦੇ ਬੜੇ ਹੀ ਮੰਨਣ ਵਾਲੇ ਨੇ ਉਹਨਾਂ ਨੇ ਅੱਜ ਸਾਨੂੰ ਦੋ ਬੜਈ ਮਾਰੂਫ ਸ਼ੇਰ حضرت ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਪਿਜਵਾਏ ਨੇ ਤੇ ਨਾਲ ਹੁਕਮ ਦਿੱਤਾ ਹੈ ਕਿ ਇਹਦਾ ਤਰਜਮਾ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ ਪਿਆਰਿਓ ਆਰੀਫੇ ਖੜੀ ਰੂਮੀਏ ਪਾਕਿਸਤਾਨ حضرت ਮੀਆਂ ਮੁਹੰਮਦ ਬਖਸ਼ ਰਹਿਮਤੁਲਲਾਹ ਤਾਲਾ ਅਲੇ ਖੜੀ ਸ਼ਰੀਫ ਵਾਲੇ ਫਰਮਾਨੇ ਨੇ ਬਾਤ ਮਜਾਜ਼ੀ ਰਮਜ਼ ਹੱਕਾਨੀ ਤੇ ਵਨ ਵਨਾਂ ਦੀ ਕਾਠੀ ਸਫਰੁਲ ਇਸ਼ਕ ਕਿਤਾਬ ਬਣਾਈ ਸੈਫ ਛੁਪੀ ਵਿੱਚ ਲਾਠੀ ਤੇ ਜਿਨ੍ਹਾਂ ਤਲਬ ਕਿਸੇ ਦੀ ਹੋਸੀ ਪੜ ਕਿੱਸਾ ਖੁਸ਼ ਹੋਸਨ ਤੇ ਜਿਨ੍ਹਾਂ ਜਾਗ ਇਸ਼ਕ ਦੀ ਸੀਨੇ ਜਾਗ ਸਵੇਰੇ ਰੁਸਨ ਪਿਆਰਿਓ ਇਹ ਦੋਵੇਂ ਜਿਹੜੇ ਅਸ਼عار ਨੇ ਮੀਆਂ ਸਾਹਿਬ ਨੇ ਆਪਣੀ شاہکار ਤਸਨੀਫ ਕਿਸਾਏ ਸੈਫਲ ਮਲੂਕ ਜਿਹਦਾ ਨਾਮ ਉਹਨਾਂ ਰੱਖਿਆ ਸੀ ਸਫਰੁਲ ਇਸ਼ਕ ਯਾਨੀ ਇਸ਼ਕ ਦਾ ਸਫਰ ਇਹ ਸਾਹਿਬੋ ਤੁਹਾਡੇ ਕਾਈਂਡ ਨੋਟਿਸ ਦੇ ਵਿੱਚ ਹੀ ਹੈ ਕਿ ਸ਼ਹਿਜ਼ਾਦਾ ਸੈਫਲ ਮਲੂਕ ਤੇ ਇੱਕ ਪਰੀ ਜਿਹਦਾ ਨਾਮ ਸੀ ਬਦੀਉਲ ਜਮਾਲ ਇਹ ਉਹਦੇ ਇਸ਼ਕ ਦੀ ਦਾਸਤਾਨ ਹੈ ਆਪਣੇ ਇਸ ਕਿੱਸੇ ਸਫਰੁਲ ਇਸ਼ਕ ਜਿਹੜਾ ਕਿ ਉਹਨਾਂ ਦੀ ਕਿਤਾਬ ਦਾ ਨਾਮ ਸੀ ਉਹਦੇ ਬਾਰੇ ਹਜ਼ੂਰ ਮੀਆਂ ਮੁਹੰਮਦ ਸਾਹਿਬ ਪੈ ਫਰਮਾਉਂਦੇ ਨੇ ਵੀ ਬਾਤ ਮਜਾਜ਼ੀ ਰਮਜ਼ ਹਕਾਨੀ ਯਾਨੀ ਇਹ ਗੱਲ ਬਾਤ ਜਿਹੜੀ ਮੈਂ ਮਸਨਵੀ ਲਿਖੀ ਏ ਦੇ ਵਿੱਚ ਜਿਹੜੀ ਗੱਲ ਬਾਤ ਮੈਂ ਲਿਖੀ ਏ ਰਕਮ ਕੀਤੀ ਏ ਉਹ ਹੈ ਤੇ ਬਾਜ਼ਾਹਰ ਤੇ ਇੱਕ ਉਹ ਮਜਾਜ਼ੀ ਇਸ਼ਕ ਦੀ ਦਾਸਤਾਨ ਹੈ ਇੱਕ ਇਨਸਾਨ ਸ਼ਹਜ਼ਾਦਾ ਇੱਕ پری ਤੇ ਆਸ਼ਿਕ ਹੋ ਗਿਆ ਤੇ ਉਹ ਫਿਰ ਕਿਸ ਤਰ੍ਹਾਂ ਉਹਨੇ ਉਹਨੂੰ ਹਾਸਲ ਕੀਤਾ ਉਹਨੂੰ ਕਿੰਨੀ ਕੋ ਜਿੱਦੋ ਜਹਿਦ ਕਰਨੀ ਪਈ ਉਹਦੇ ਰਸਤੇ ਦੇ ਵਿੱਚ ਕੀ ਕੀ ਮੁਸਾਇਬ ਆਏ ਕੀ ਕੀ ਔਕੜਾਂ ਆਈਆਂ ਇਹ ਅਸਲ ਦੇ ਵਿੱਚ ਤੇ ਪਿਆਰਿਓ ਤਾਲਬੁਲ ਮੌਲਾ ਦੀ ਬਾਤ ਹੈ ਅੱਲਾਹ ਪਾਕ ਦੇ ਆਸ਼ਿਕ ਅੱਲਾਹ ਪਾਕ ਦੇ ਇਸ਼ਕ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸੀਬਤਾਂ ਉਹਨਾਂ ਨੂੰ ਜਰਨੀਆਂ ਪੈਂਦੀਆਂ ਨੇ ਤੇ ਕਿਹੜੇ ਕਿਹੜੇ ਭਾਂਡੇ ਉਹਨਾਂ ਨੂੰ ਟਰਨੇ ਪੈਂਦੇ ਨੇ ਇਹ ਅਸਲ ਦੇ ਵਿੱਚ ਤੇ ਗੱਲਬਾਤ ਸਾਰੀ ਉਹ ਏ ਇਹ ਉਹਨਾਂ ਦੇ ਆਪਣੇ ਇਸ਼ਕ-ਏ-ਹਕੀਕੀ ਦੇ ਸਫ਼ਰ ਦੀ ਬਾਤ ਏ ਲੇਕਿਨ ਉਹਨਾਂ ਚਾਹੋਂ ਕਿ ਇਹਨੂੰ ਇੱਕ ਮਜਾਜ਼ੀ ਇਸ਼ਕ ਦੇ ਰੂਪ ਦੇ ਵਿੱਚ ਬਿਆਨ ਕੀਤਾ ਤੇ ਇਸ ਲਈ ਉਹ ਆਪਣੀ ਇਸ ਕਿਤਾਬ ਬਾਰੇ ਪੈ ਇਹ ਆਖਦੇ ਨੇ ਵੀ ਬਾਤ ਮਜਾਜ਼ੀ ਰਮਜ਼ ਹਕਾਨੀ ਮਜਾਜ਼ ਦਾ ਮਤਲਬ ਹੁੰਦਾ ਹੈ ਗੈਰ ਹਕੀਕੀ ਮਸਨੂਈ ਫਰਜ਼ੀ ਜਿਵੇਂ ਪਿਆਰਿਓ ਅਸੀਂ ਮਿੱਟੀ ਜਦੋਂ ਆਖਦੇ ਹਾਂ ਤੇ ਉਹਦਾ ਮਤਲਬ ਖਾਕ ਹੁੰਦਾ ਹੈ ਮਿੱਟੀ ਦਾ ਮਤਲਬ ਤੇ ਖਾਕ ਹੁੰਦਾ ਨਾ ਅਸੀਂ ਆਖਦੇ ਆ ਜੀ ਮੈਂ ਮਿੱਟੀ ਦਾ ਬਣਿਆ ਯਾਨੀ ਮੈਂ ਖਾਕੀ ਇਨਸਾਨ ਲੇਕਿਨ ਕਿਧਰੇ ਕਿਧਰੇ ਮਿੱਟੀ ਆਖੀ ਇਹਨਾਂ ਤੇ ਉਹਦਾ ਮਤਲਬ ਮੌਤ ਵੀ ਹੁੰਦਾ ਜਿਵੇਂ ਅਸੀਂ ਆਖਦੇ ਆ ਜੀ ਮਿੱਟੀ ਚ ਮਿੱਟੀ ਹੋ ਗਿਆ ਯਾਨੀ ਮਰ ਗਿਆ ਹਾਲਾਂ ਮੌਤ ਜਾਂ ਮਰ ਜਾਣਾ ਹੋਰ ਚੀਜ਼ ਹੈ ਮਿੱਟੀ ਤੇ ਉਹ ਜ਼ਮੀਨ ਹੈ ਜਿਹਦੇ ਉੱਤੇ ਅਸੀਂ ਰਹਿ ਰਹੇ ਹਾਂ ਇੱਥੇ ਅਸੀਂ ਜਦੋਂ ਆਖਿਆ ਨਾ ਮਿੱਟੀ ਹੋ ਗਿਆ ਯਾਨੀ ਮਰ ਗਿਆ ਤੇ ਮਰਨਾ ਜਿਹੜਾ ਉਹ ਪਿਆਰਿਓ ਮਿੱਟੀ ਦਾ ਫਰਜ਼ੀ ਮੈਣਾ ਅਸਲੀ ਹਕੀਕੀ ਮੈਣਾ ਨਹੀਂ ਅਸਲੀ ਮੈਣਾ ਮਿੱਟੀ ਦਾ ਇਹ ਮਿੱਟੀ ਹੋਈਏ ਖਾਕ ਜਿੰਨੂੰ ਆਖੀਦਾ ਸੋ ਮਜਾਜ਼ੀ ਜਿਹੜਾ ਨਾ ਜੀ ਇਹ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਕਿ ਮਸਨੂਈ ਜੈਲੀ ਨਕਲੀ ਫਰਜ਼ੀ ਇਸੇ ਲਈ ਜਿਹੜਾ ਅਸੀਂ ਇਸ਼ਕ ਦੁਨੀਆ ਦੇ ਵਿੱਚ ਕਰਨੇ ਆ ਉਹਨੂੰ ਅਸੀਂ ਆਖਦੇ ਆ ਇਸ਼ਕੇ ਮਜਾਜ਼ੀ ਤੇ ਜਿਹੜਾ ਅੱਲਾ ਪਾਕ ਸੱਚੇ ਸਾਹਿਬ ਦੇ ਆਸ਼ਿਕ ਅੱਲਾ ਪਾਕ ਨਾਲ ਇਸ਼ਕ ਕਰਦੇ ਨੇ ਉਹਨੂੰ ਅਸੀਂ ਆਖਦੇ ਆ ਇਸ਼ਕੇ ਹਕੀਕੀ ਹਜ਼ੂਰ ਮੀਆਂ ਸਾਹਿਬ ਪੈ ਫਰਮਾਉਂਦੇ ਨੇ ਵੀ ਬਾਤ ਮੈਂ ਤੁਹਾਨੂੰ ਮਜਾਜ਼ੀ ਸੁਣਾਈ ਏ ਐਵੇਂ ਇੱਕ ਫਰਜ਼ੀ ਕਿੱਸਾ ਬਿਆਨ ਕਰ ਰਹੇ ਆ ਲੇਕਿਨ ਇਹਦੇ ਵਿੱਚ ਰਮਜ਼ ਹਕਾਨੀ ਹਕਾਨੀ ਹੱਕ ਦੇ ਨਾਲ ਮਨਸੂਬ ਅਜਿਹੀ ਗੱਲ ਜਿਹਦਾ ਵਾਸਤਾ ਅੱਲਾ ਪਾਕ ਸੱਚੇ ਸਾਹਿਬ ਨਾਲ ਹੋਵੇ ਉਹਨੂੰ ਹੱਕਾ ਨਹੀਂ ਕਹਿੰਦਾ ਤੇ ਪਿਆਰਿਓ ਰਮਜ਼ ਦਾ ਮਤਲਬ ਹੁੰਦਾ ਇਸ਼ਾਰਾ ਈਮਾ ਚਾਹਤ ਮਨਸ਼ਾ ਕੀ ਇਹ ਮੇਰਾ ਗੱਲ ਮੈਂ ਕਰਨਾ ਵਾਂ ਤੇ ਉਹਦੇ ਵਿੱਚ ਮੇਰਾ ਮਨਸ਼ਾ ਕੀ ਹੈ ਮੇਰੀ ਰਮਜ਼ ਕੀ ਤੇ ਦੂਜਾ ਅੱਖ ਨਾਲੀਆਂ ਐ ਪਰਵਟੇ ਪੰਜਾਬੀ ਚ ਜਿਹਨੂੰ ਆਖਦੇ ਆ ਭਵਾ ਜਾਂ ہونਟਾਂ ਦੇ ਨਾਲ ਇਸ਼ਾਰਾ ਵੀ ਕੋਈ ਕੀਤਾ ਜਾਏ ਨਾ ਤੇ ਉਹਨੂੰ ਵੀ ਰਮਜ਼ ਆਖੀਦਾ ਹੈ ਰਮਜ਼ ਸ਼ਨਾਸ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਆਪਣੇ ਸੱਜਣ ਬੇਲੀ ਧੀ ਪੁੱਤਰ ਜਾਂ ਆਪਣੇ ਵਾਲਾ ਸਾਹਿਬ ਦਾ ਇਸ਼ਾਰਾ ਵੀ ਸਮਝਦਾ ਹੋਵੇ ਆਖੀਦਾ ਨਾ ਕਿ ਮੈਂ ਤੇ ਆਪਣੇ ਅੱਬਾ ਜੀ ਦਾ ਰਮਜ਼ شناਸ ਸਾਂ ਯਾਨੀ ਮੈਨੂੰ ਤੇ ਉਹਨਾਂ ਦੇ ਇਸ਼ਾਰੇ ਤੋਂ ਵੀ ਪਤਾ ਚੱਲ ਜਾਂਦਾ ਸੀ ਕਿ ਹੁਕਮ ਦੇਣਾ ਕੀ ਚਾਹੁੰਦੇ ਨੇ ਤੇ ਇਹ ਮੈਂ ਮੁਸ਼ਕਲ ਲਫ਼ਜ਼ਾਂ ਦੇ ਤਰਜਮੇ ਤੁਹਾਡੇ ਹਜ਼ੂਰ ਬਿਆਨ ਕਰਕੇ ਗੱਲ ਨੂੰ ਹੁਣ ਨਖੇੜਨ ਲੱਗਾ ਭਈ ਮੀਆਂ ਸਾਹਿਬ ਇਹ ਫਰਮਾਉਂਦੇ ਨੇ ਕਿ ਸਫਰੁਲਿਸ਼ਕ ਕਿਤਾਬ ਜਿਹੜੀ ਮੈਂ ਬਣਾਈ ਹੈ ਨਾ ਇਹ ਬਾਤ ਤੇ ਮਜਾਜ਼ੀ ਹੈ ਇੱਕ ਫਰਜ਼ੀ ਕਿੱਸਾ ਲੇਕਿਨ ਰਮਜ਼ ਹਕਾਨੀ ਇਹਦੇ ਵਿੱਚ ਰਾਜ਼ ਇਸ਼ਕੇ ਹਕੀਕੀ ਦਾ ਲੁਕਿਆ ਆ ਤੇ ਵਨ ਵਨਾਂ ਦੀ ਕਾਠੀ ਅਸੀਂ ਅਕਸਰ ਆਪਣੀ ਪੰਜਾਬੀ ਮਾਂ ਬੋਲੀ ਚ ਮੁਹਾਵਰਾ ਬੋਲਨੇ ਵੀ ਵਨ ਵਨਾਂ ਦੀ ਉਥੇ ਕਾਠੀ ਕਾਠੀ ਦਾ ਮਤਲਬ ਲੱਕੜੀ ਹੁੰਦਾ ਹੈ ਕਾਠੀ ਦਾ ਮਤਲਬ ਜਿਸਮ ਵੀ ਹੁੰਦਾ ਹੈ ਕਦ ਕਾਠ ਜਿਵੇਂ ਅਸੀਂ ਇਸਤੇਮਾਲ ਕਰਨੇ ਆ ਤੇ ਵਨ ਵਨਾਂ ਦੀ ਕਾਠੀ ਜਾਂ ਮਨਵਨਾਂ ਦੀ ਲੱਕੜੀ ਅਸੀਂ ਉਥੇ ਵੀ ਵਰਤਨਿਆਂ ਜਦੋਂ ਅਸੀਂ ਕਿਸੇ ਤਕਰੀਬੇ ਜਾਂ ਕਿਸੇ ਇਜਤਿਮਾਜ ਚ ਜਾਂਦੇ ਆ ਤੇ ਉੱਥੇ ਬੜੀ ਦੁਨੀਆ ਲੁਕਾਈ ਇਕੱਠੀ ਹੋਈ ਹੁੰਦੀ ਹੈ ਤੇ ਫਿਰ ਅਸੀਂ ਆ ਕੇ ਆਖਨੇ ਆ ਉਹ ਉੱਥੇ ਤੇ ਭਾਈ 1 1 ਦੀ ਲੱਕੜੀ ਆਈ ਸੀ ਹੈ ਨਾ ਤੇ ਮੀਆਂ ਸਾਹਿਬ ਵੀ ਪਾ ਫਰਮਾਉਂਦੇ ਨੇ ਕਿ ਮੇਰੇ ਇਸ ਕਿਸੇ ਦੇ ਵਿੱਚ 1 1 ਦੇ ਕਿਰਦਾਰ ਵੀ ਨੇ 1 1 ਦੇ ਰੰਗ ਵੀ ਨੇ 1 ਸਵੰਨੇ ਲੋਕ ਵੀ ਨੇ 1 ਸਵੰਨੀਆਂ ਨਸੀਤਾਂ ਵੀ ਨੇ 1 ਸਵੰਨੇ ਕਿਸੇ ਵੀ ਨੇ ਜਿੰਨਾਂ ਲੋਕਾਂ ਨੇ ਸੈਫਲ ਮਲੂਕ ਦੀ ਇਹ ਦਾਸਤਾਨ ਹੈ ਕਿੱਸਾ ਪੜਿਆ ਹੈ ਜਾਂ ਮੰਜ਼ੂਮ ਮਸਨਵੀ ਉਹ ਮੇਰੀਆਂ ਗੱਲਾਂ ਨੂੰ ਸੱਚ ਮੰਨਨਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਅਸਾਂ ਵੀ ਅਲhamdulillah ਜਦੋਂ ਐਮਏ ਕੀਤਾ ਸੀ ਪੰਜਾਬੀ ਦਾ ਤੇ ਅਸੀਂ ਪੂਰੀ ਬੜੀ ਸੀ ਮਸਨਵੀ ਮੀਆਂ ਸਾਹਿਬ ਦੀ ਸਫਰੁਲ ਇਸ਼ਕ ਤਾਂ ਫਰਮਾਨਦੇ ਨੇ ਕਿ ਸਫਰੁਲ ਇਸ਼ਕ ਕਿਤਾਬ ਬਣਾਈ ਸੈਫ ਛੁਪੀ ਵਿੱਚ ਲਾਠੀ ਇਹ ਜਿਹੜੀ ਮੈਂ ਕਿਤਾਬ ਬਣਾਈ ਹੈ ਨਾ ਸਫਰੁਲ ਇਸ਼ਕ ਇਹ ਇੰਜ ਹੀ ਸਮਝ ਲਵੋ ਭਈ ਲੱਕੜੀ ਦੀ ਸੋਟੀ ਦੇ ਵਿੱਚ ਤਲਵਾਰ ਛੁਪੀ ਹੋਈ ਜੇ ਅਕਸਰ ਸਾਡੇਆਂ ਘਰਾਂ ਦੇ ਵਿੱਚ ਸਾਡੇ ਆਪਣੇ ਘਰ ਜੇ ਇੱਕ ਬੜੀ ਖੂਬਸੂਰਤ ਸਟਿਕ ਪਈ ਹੁੰਦੀ ਸੀ ਮੇਰੇ ਵਾਲਦੇ ਗ੍ਰਾਮੀ ਅੱਲਾਹ ਕਰੋੜ ਉਹਨਾਂ ਨੂੰ ਜੰਨਤ ਦੇ ਉਹਨਾਂ ਦੀ ਇੱਕ ਸੋਟੀ ਪਈ ਹੁੰਦੀ ਸੀ ਤੇ ਉਹ ਸੋਟੀ ਨੂੰ ਜ਼ਰਾ ਜਿ ਇੰਜ ਕਰਕੇ ਖੋਲੀ ਤਾਂ ਹੀ ਤਾਂ ਵਿੱਚੋਂ ਉਹ ਤਲਵਾਰ ਜੇ ਨਿਕਲ ਆਉਂਦੀ ਸੀ ਤੇ ਵੇਖਣ ਨੂੰ ਉਹ ਸੋਟੀ ਹੁੰਦੀ ਸੀ ਵਿਚੋ ਦੇ ਤਲਵਾਰ ਹੁੰਦੀ ਸੀ ਯਾਨੀ ਮੀਆਂ ਸਾਹਿਬ ਵੀ ਪਏ ਇਹ ਹੀ ਫਰਮਾਉਂਦੇ ਨੇ ਮੀਆਂ ਮੁਹੰਮਦ ਬਖਸ਼ ਸਾਹਿਬ ਆਪਣੀ ਕਿਤਾਬ ਬਾਰੇ ਕਿ ਵੇਖਣ ਨੂੰ ਇੱਕ ਦੁਨੀਆਵੀ ਇਸ਼ਕ-ਏ-ਮਜਾਜ਼ੀ ਦੀ ਇੱਕ ਦਾਸਤਾਨ ਤੁਹਾਨੂੰ ਜਾਪੇਗੀ ਲੇਕਿਨ ਇਹਦੇ ਵਿੱਚ ਰਮਜ਼ਾਂ ਇਸ਼ਕ-ਏ-ਹਕੀਕੀ ਦੀਆਂ ਲੁਕੀਆਂ ਹੋਈਆਂ ਨੇ ਤੇ ਅੱਗੇ ਪਏ ਫਰਮਾਉਂਦੇ ਨੇ ਭਈ ਜਿਨ੍ਹਾਂ ਤਲਬ ਕਿਸੇ ਦੀ ਹੋਸੀ ਪੜ ਕਿੱਸਾ ਖੁਸ਼ ਹੋ ਸਨ ਯਾਨੀ ਮੈਂ ਇਸ ਤਰ੍ਹਾਂ ਦੀ ਤਸਨੀਫ ਕਰ ਦਿੱਤੀ ਹੈ ਕਿ ਜਿਨ੍ਹਾਂ ਨੂੰ ਸਿਰਫ ਕਿਸੇ ਰੋਮਾਨਵੀ ਦਾਸਤਾਨ ਦੇ ਸੁਣਨ ਦਾ ਚਾਹ ਹੋਵੇਗਾ ਨਾ ਕੋਈ ਲਵ ਸਟੋਰੀ ਸੁਣਨੀ ਪੜ੍ਹਨੀ ਜਾਂਦੇ ਹੋਣਗੇ ਤੇ ਉਹ ਵੀ ਖੁਸ਼ ਹੋਣਗੇ ਅਲਹਮਦੁਲਿਲਾ ਇਹਨੂੰ ਪੜ੍ਹ ਕੇ ਲੇਕਿਨ ਜਿੰਨਾ ਜਾਗ ਇਸ਼ਕ ਦੀ ਸੀਨੇ ਜਾਗ ਸਵੇਰੇ ਰੋਸਾ ਸਰਗੀ ਵੇਲੇ ਉੱਠ ਕੇ ਤੇ ਉਹੀ ਫਿਰ ਪਿਆਰਿਓ ਰੋਣਗੇ ਨਾ ਜਿਨ੍ਹਾਂ ਦੇ ਦਿਲ ਦੇ ਵਿੱਚ ਇਸ਼ਕ-ਏ-ਹਕੀਕੀ ਦੀ ਜਾਗ ਲੱਗੀ ਹੋਵੇਗੀ। ਲੋ ਜੀ ਸਾਹਿਬੋ ਇਹ ਸੰ ਆਰੀਫੇ ਖੜੀ حضرت ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਉਹ ਦੋ ਬੜੇ ਪਰਮਗਜ਼ ਅਸ਼عار ਜਿਹੜੇ ਸਾਨੂੰ ਗੁਲਾਮ ਮੁਸਤਾਫਾ ਖਾਨ ਲੁਦੀ ਹੋਰਾਂ ਨੇ ਪਿਜਵਾਏ ਸਨ। ਸਾਹਿਬੋ ਆਓ ਹੁਣ ਚੱਲੀਏ ਤੁਹਾਡੇ ਪਿਜਵਾਏ ਹੋਏ ਅਖਾਨ ਲੈ ਕੇ ਬਾਬਾ ਜੀ एहਸਾਨ ਬਾਜਵਾ ਹੋਰਾਂ ਦੀ ਖidmat ਦੇ ਵਿੱਚ ਉਹਨਾਂ ਦੇ ਪਿੰਡ ਗਖੜ ਵਾਲੀ ਤੇ ਬਾਕੀ ਗੱਲਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਓ ਸਾਡੇ ਨਾਲ ਰੌਣਕ ਹੋ ਜਾਓ ਬਾਜਵਾ ਸਾਹਿਬ ਅਸਲਾਮੁਅਲੈਕਮ ਜੀ ਬਿਸਮਿਲਲਾ ਵਅਲੈਕਮ ਸਲਾਮ ਖੈਰਿਆਓ ਜੀ ਖੈਰਿਆਓ ਜਨਾਬ ਡਾਕਟਰ ਸਾਹਿਬ ਅੱਛਾ ਮੇਰੇ ਹਜ਼ੂਰ ਅਸੀਂ ਜਦੋਂ ਤੁਹਾਡੇ ਪਿੰਡ ਆਪਣਾ ਗਖੜ ਵਾਲੀ ਸ਼ਰੀਫ ਹੂੰ ਆਉਨੇ ਆ ਜਿਸ ਰਾਵ ਅੱਛਾ ਉਹ ਸਾਡੇ ਰਸਤੇ ਦੇ ਵਿੱਚ ਜਨਾਬ ਇੱਕ ਬੜਾ ਹੀ ਪਿਆਰਾ ਬੜਾ ਵੱਡਾ ਪਿੰਡ ਆਉਂਦਾ ਤਲਵੰਡੀ ਮੂਸੇ ਖਾਨ ਹਾਂਜੀ 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 ਸਾਡੇ ਰਿਸ਼ਤੇਦਾਰਾਂ ਦਾ ਪਿੰਡ ਹੈ ਜੀ ਮੇਰੇ ਸਾਰੇ ਉੱਥੇ ਨਾਲ ਹੀ ਠੱਟਿਆਜ਼ਮ ਖਾਨ ਦੇ ਨੇ ਜੀ ਜੀ ਔਰ ਤਲਵੰਡੀ ਵੀ ਸਾਡੀ ਰਿਸ਼ਤੇਦਾਰੀ ਹੈ ਜੀ ਦੋ ਕਿਨਾ ਕਰਾਂ ਜੀ ਜੀ ਇਹ ਤਲਵੰਡੀ موسی ਖਾਨ ਦੇ ਜਨਾਬ ਸਾਬਰ ਹੁਸੈਨ ਮਨਹਾਸ ਸਾਹਿਬ ਨੇ ਜੀ 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 ਉਹ ਸਾਡੇ ਪ੍ਰੋਗਰਾਮ ਬੜੇ ਸ਼ੌਕ ਨਾਲ ਵੇਂਦੇ ਨੇ ਸਾਡੇ ਦਰਸ਼ਕ ਨੇ ਜੀ ਜੀ ਬੜੇ ਪਿਆਰੇ ਹਮ ਹਮ ਉਹਨਾਂ ਜਨਾਬ ਆਖਿਆ ਕਿ ਸਾਡਾ ਪਿੰਡ ਜਿਹੜਾ ਜੀ ਉਹਦੇ ਦੋ ਬੜੇ ਵੱਡੇ ਹਵਾਲੇ ਨੇ ਤੇ ਉਹ ਵੀ ਕਿਸੇ ਆਪਣੇ ਵਿਲਾਗ 'ਚ ਜ਼ਿਕਰ ਕਰੋ ਇੱਕ ਤੇ ਉਹਨਾਂ ਨੇ ਫਰਮਾਇਆ ਹਮ ਪਈ ਸਾਡੇ ਪਿੰਡ ਦੇ ਸੈਦ ਅਬਦੁਲ ਹਮੀਦ ਅਦਮ ਹੂੰ ਬਹੁਤ ਵੱਡੇ ਸ਼ਾਇਰ ਹੋਏ ਨੇ ਹੂੰ 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 ਔਰ ਵਾਕਈ ਜਨਾਬ ਉਰਦੂ ਦੇ ਹਾਂਜੀ ਚਲੋ ਭਾਵੇਂ ਉਰਦੂ ਦਾ ਹੀ ਸਾਰ ਸਾਰ ਹਾਂਜੀ ਹਾਂਜੀ ਪਰ ਇਹ ਵੇਖੋ ਇਸ ਪਿੰਡ ਦਾ ਸਾਡੇ ਇਲਾਕੇ ਦਾ ਪਿੰਡ ਹੈ ਸਾਡੇ ਜ਼ਿਲ੍ਹੇ ਗੁਜਰਾਂ ਵਾਲੇ ਦਾ ਅਦਮ ਹਮ ਬੇਸਹਾਰੋਂ ਕੋ ਬੜੀ ਤਕਲੀਫ ਹੋਤੀ ਹੈ ਬਾਜਵਾ ਸਾਹਿਬ ਅਦਮ ਸਾਹਿਬ ਦੀ ਬੜੀ ਮਾਰੂਫ ਗਜ਼ਲ ਹੈ ਹਾਂਜੀ ਉਹ ਇਸ ਤਰ੍ਹਾਂ ਹੈ ਭਈ ਜੋ ਵੀ ਤੇਰੇ ਫਕੀਰ ਹੁੰਦੇ ਹਨ ਹਾਂਜੀ ਆਦਮੀ ਬੇ ਨਜ਼ੀਰ ਹੁੰਦੇ ਹੋਤੇ ਇਹਦਾ ਆਖਰੀ ਮਕਤੇ ਦਾ ਸ਼ੇਰ ਹੈ ਕਿ ਅਦਮ ਇhtiyat ਲਾਜ਼ਮ ਹੈ। ਹਾਂਜੀ ਲੋਕ মুনਕਰ ਨਕੀਰ ਹੋਤੇ ਨਕੀਰ ਹੁੰਦੇ ਹਨ। ਬੜੇ ਵੱਡੇ ਸਰ ਬੜੇ ਬੁਲੰਦ ਪਾਇਆ। ਬਹੁਤ ਵਧੀਆ ਸ਼ਾਇਰੀ। ਹਾਂਜੀ। ਔਰ ਸਾਡੇ ਇਲਾਕੇ ਦੇ ਜੀ। ਆ ਸਾਡੇ ਲਈ ਬੜੇ ਮਾਣ ਦੀ ਬੜੇ ਮਾਣਯੋਗ ਔਰ ਦੂਸਰਾ ਸਰ ਇਸੇ ਤਲਵੰਡੀ ਬੂਸੇ ਖਾਨ ਦੀ ਇੱਕ ਸਾਡੀ ਧੀ ਹੈ ਸ਼ਬਾਨਾ ਅਖਤਰ। ਹੂੰ। ਉਹ ਸਰ ਪਾਕਿਸਤਾਨ ਦੀ ਪਹਿਲੀ ਜੀ। ਐਥਲੀਟ ਸੀ ਜਿਹੜੀ ਇੰਟਰਨੈਸ਼ਨਲ ਮੁਕਾਬਲਿਆਂ 'ਚ ਜਾ ਕੇ ਪਾਕਿਸਤਾਨ ਵਾਸਤੇ 골ਡ ਮੈਡਲ ਲੈ ਕੇ ਆਈ ਸੀ ਵਾਹ 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 ਧੀ ਹੋ ਕੇ ਹਾਜੀ ਸਾਡੀ ਔਰ ਉਹ ਉਦੋਂ ਦੀ ਐਥਲੀਟ ਹੈ ਬੱਚੀ ਹੁਣ ਤੇ ਮਾਸ਼ਾਅੱਲਾ ਦੀ ਉਮਰ ਜ਼ਿਆਦਾ ਹੁੰਦੀ ਐ ਅੱਗੋਂ ਉਹ ਐਥਲੀਟ ਵਾਹ ਵਾਹ ਸਾਰੀਆਂ ਬੱਚੀਆਂ ਨੂੰ ਟ੍ਰੇਨ ਕਰ ਰਹੀ ਏ ਬੜੀ ਗੱਲ ਏ ਉਹ ਉਦੋਂ ਲੈ ਕੇ ਆਈ ਸੀ ਜਦੋਂ ਘਰੋਂ ਧੀਆ ਨੂੰ ਕੋਈ ਕੱਢਦਾ ਹੀ ਬਾਹਰ ਨਹੀਂ ਸੀ ਦੇਖੋ ਤੁਸੀਂ ਕਿ ਪਿੰਡ تھا ਉਹਨੇ ਮੈਂ ਉਹਦਾ ਇੰਟਰਵਿਊ ਕੀਤਾ ਸੀ ਔਰ ਉਸ ਮੇਰੀ ਭੈਣ ਨੇ ਮੈਨੂੰ ਇਹ ਗੱਲਾਂ ਸੁਣਾਈਆਂ ਸਨ ਕਿ ਨਾ ਸਾਡੇ ਪਿੰਡ ਕੋਈ ਗਰਾਊਂਡ ਸੀ ਹਾਂਜੀ ਪਿੰਡ ਥਾਂ ਸੀ ਹਾਂਜੀ 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 ਤੇ ਉਹਨੇ ਆਖਿਆ ਮੈਂ ਸਵਰਸਰ ਇਹ ਨਾ ਜਦੋਂ ਬਸਾਂ ਹਾੜੀ ਟੁਰ ਟੁਰਦੀਆਂ ਨਹੀਂ ਸਾਨਾ ਸੜਕਾਂ ਤੇ ਨਹੀਂ ਸਨ ਆਉਂਦੀਆਂ ਤੇ ਮੈਂ ਆਪਣੇ ਅੱਬਾ ਜੀ ਨੂੰ ਜਾਂ ਆਪਣੇ ਭਰਾ ਨੂੰ ਸੜਕ ਤੇ ਖਿਲਾੜ ਕੇ ਤੇ ਫੁੱਲ ਸਪੀਡ 'ਚ ਦੌੜਾ ਨਾ ਨਹੀਂ ਹਾਂ ਸਵੇਰ ਸਰਗੀ ਅਜ਼ਾਨਾਂ ਏਡੀ ਏਡੀ ਤੇਜ਼ ਦੌੜ ਦੀਸਾਂ ਤੇ ਫਿਰ ਜਨਾਬ ਉਹ ਜਾ ਕੇ ਬਾਹਰ ਜਿੱਤ ਕੇ ਆਈ ਸਾਡੀ ਹਾਂਜੀ ਇਹ ਬੜੇ ਮਾਣ ਦੀ ਗੱਲ ਬੜੇ ਮਾਣ ਦੀ ਜੀ ਹੁਣ ਮਾਸ਼ਾਅੱਲਾ ਲਾਹੌਰ ਰਹਿੰਦੀ ਆਪਣੀ ਫੈਮਿਲੀ ਦੇ ਨਾਲ ਹੋਰ ਅਦੋਂ ਤੀਆ ਆਪਣੀਆਂ ਨੂੰ ਵੀ ਔਰ ਪੂਰੇ ਪਾਕਿਸਤਾਨ ਪੰਜਾਬ ਦੀਆਂ ਬੱਚੀਆਂ ਨੂੰ ਉਹ ਟ੍ਰੇਨਿੰਗ ਦੇ ਰਹੀ ਬੜੀ ਖੁਸ਼ੀ ਦੀ ਗੱਲ ਉਹ ਵੀ ਐਸਾ ਹੀ ਪਿੰਡ ਦੀ ਬੜੀ ਗੱਲ ਹੈ ਜੀ ਬੜੀ ਗੱਲ ਹੈ ਇਹ ਜਨਾਬ ਉਹਨ ਭਾਈ ਸਾਬਰ ਹੁਸੈਨ ਮਨਾਸ ਸਾਹਿਬ ਨੇ ਖਾਨ ਪਜਵਾਇਆ ਹਮ ਖਾਨ ਨੇ ਵੇ ਕਿ ਪੁੱਤਰ ਕਪੁੱਤਰ ਹੋ ਜਾਂਦੇ ਨੇ ਹਾਂਜੀ ਪਰ ਮਾਪੇ ਕਦੀ ਕਮਾਪੇ ਨਹੀਂ ਹੁੰਦੇ ਹਾਂਜੀ ਹਾਂਜੀ ਕਪੁੱਤਰ ਦਾ ਮਤਲਬ ਹੈ ਉਹ ਪੁੱਤਰ ਜਿਹਦੇ ਚ ਪੁੱਤਰ ਵਾਲੀਆਂ ਸਿਫਤਾਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਜਦੋਂ ਕਾਫ ਪਹਿਲਾਂ ਲੱਗਦਾ ਹੈ ਨਾ ਤੇ ਮਾਣੇ ਉਲਟ ਹੋ ਜਾਂਦੇ ਨੇ ਜਿਹਨੂੰ ਉਰਦੂ ਚ ਮੁਤਜ਼ਾਦ ਆਂਦੇ ਨੇ ਹਾਂਜੀ ਤੇ ਸੁਪੁੱਤਰ ਦਾ ਮਤਲਬ ਚੰਗਾ ਪੁੱਤਰ ਕਪੁੱਤਰ ਦਾ ਮਤਲਬ ਹੈ ਮੰਦਾ ਪੁੱਤਰ ਹਾਂ ਇਹਦੇ ਚ ਦੱਸਿਆ ਗਿਆ ਹੈ ਕਿ ਜਿਹੜੇ ਮਾਪੇ ਨੇ ਨਾ ਜਿਨ੍ਹਾਂ ਨੇ ਪੈਦਾ ਕੀਤਾ ਹੁੰਦਾ ਹੈ ਬੱਚਿਆਂ ਨੂੰ ਉਹ ਕਦੀ ਵੀ ਮਾਪਿ ਔਲਾਦ ਦੇ ਦੁਸ਼ਮਣ ਨਹੀਂ ਹੋ ਸਕਦੇ ਹਾਂਜੀ ਔਲਾਦ ਜਿਹੜੀ ਐ ਉਹ ਅੱਗੋਂ ਜਦੋਂ ਆਉਣ ਬਗਾਨੀਆਂ ਜਾਂਈਆਂ ਤੇ ਵਿਛੋੜਨ ਸਕਿਆਂ ਭਾਈਆਂ ਜਦੋਂ ਔਲਾਦ ਜਿਹੜੀ ਐ ਗੋ ਪੁੱਤਰ ਵਿਆਹੇ ਜਾਂਦੇ ਨੇ ਤੇ ਉਹ ਆਪਣੀਆਂ ਨਾਲ ਦੀਆਂ ਦੇ ਮੂੰਹ ਵੇਖਦੇ ਨੇ ਤੇ ਉਹਨਾਂ ਨੂੰ ਜਿਹੜਾ ਮਾ ਤੇ ਪਿਓ ਦੀ ਜਿਹੜੀ ਇਹਨਾ ਮੁਹੱਬਤ ਜਾਂ ਹੱਬ ਉਨ੍ਹਾਂ ਦੇ ਅੰਦਰੋਂ ਘਟ ਜਾਂਦੀ ਏ ਤੇ ਕੁਝ ਜਿਹੜੇ ਨੇ ਸਬਕ ਪੜਨ ਲੱਗ ਪੈਂਦੇ ਨੇ 2 दूनी 4 ਬੀਵੀਆਂ ਦੇ ਆਖੇ ਲੱਗੇ ਔਰ ਉਹ ਫਿਰ ਜੋ ਕੁਝ ਵੀ ਉਹ ਮੈਨੂੰ ਯਾਦ ਆ ਗਈ ਏ ਗੱਲ ਕਿ ਇੱਕ ਦਿਨ ਮੈਂ ਬਸ ਤੇ ਬੈਠਾ ਸਾਦੇ ਇੱਕ ਬੰਦਾ ਬੜਾ ਤਪਿਆ ਉਹ ਆਂਦਾ ਵੇਖੋ ਇਹ ਜ਼ੁਲਮ ਖੁਦਾ ਦਾ ਉਹ ਬੱਚਿਆਂ ਨੂੰ ਜਮੀਦਾ ਪਾਲੀਦਾ ਨਿੱਕੇ ਹੁੰਦਿਆਂ ਦਾ ਇਹਨਾਂ ਦਾ ਮਤਲਬ ਇਹ ਸਾਰਾ ਸਿਲਸਿਲਾ ਖਰਚ ਪਠਾ ਵਾਦਾ ਘਾਟਾ ਪੜਾਈਆਂ ਆਹ ਕਰਕੂਰ ਕੇ ਫੇ ਵਿਆਹੀ ਦਿਆ ਇੰਨੇ ਪੈਸੇ ਲਾਈ ਦੇਨੇ ਝੂਠ ਸੱਚ ਮਾਰੀ ਦੇਨੇ ਇਹਨਾਂ ਦੀ ਪਾਲ ਪੋਲ ਬਾਲ ਪੋਸ ਵਾਸਤੇ ਜੀ 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 ਸਰ ਜੀ ਔਰ ਜਦੋਂ ਇਹ ਵਿਆਹ ਜਾਂਦੇ ਨੇ ਤੇ ਉਹਦੇ ਤੋਂ ਬਾਅਦ ਜਨਾਬੇ ਬੇਬੀ ਸੱਸੋਣੀ ਤੋਂ ਉਹਨੂੰ ਅੰਮੀ ਜੀ ਆਖਣਾ ਹੈ ਤੇ ਆਪ ਸਹੁਰੇ ਨੂੰ ਅੱਬਾ ਜੀ ਆਖਣਾ ਤੇ ਆਪਣੀ ਮਾਂ ਨਾਲ ਕੋਣਾ ਵੀ ਪਸੰਦ ਨਹੀਂ ਕਰਨਾ ਤੇ ਆਪਣੇ ਪਿਓ ਨਾਲ ਵੀ ਕੋਣਾ ਪਸੰਦ ਨਹੀਂ ਕਰਨਾ ਇਹ ਬੜੇ ਦੁੱਖ ਦੀ ਗੱਲ ਹੈ ਤੇ ਹੈ ਇਹ ਸੱਚੀ ਹੈ ਹਾਂ ਤੋ ਇਹ ਵੀ ਇਸੇ ਖਾਨ ਦੇ ਮੱਲੇ ਵਿੱਚੋਕੇੜੇ ਚ ਗੱਲ ਇਹ ਵੀ ਖਾਨ ਕੀ ਦੱਸਿਆ ਗਿਆ ਕਿ ਜਿਹੜਾ ਮਾਪੇ ਹੈ ਹਾਂਜੀ ਤੇ ਮਾਂ ਮਾਪੇ ਦਾ ਮੱਲੇ ਮਾਂ ਪੇ ਮਾਂ ਤੇ ਪਿਓ ਪੇ ਪਿਓ ਨੂੰ ਵੀ ਆਂਦੇ ਨੇ ਇੱਧਰ ਹਿਸ਼ਾਰਪੁਰ ਦੇ ਇਲਾਕੇ ਤੇਰੇ ਪੇ ਦਾ ਕੀ ਹਾਲ ਹੈ ਹਾਂ ਅੱਛਾ ਮਾ ਪੇ ਯਾਨੀ ਮਾ ਪੇ ਤੇ ਇਹ ਦੋਵੇਂ ਮਾ ਤੇ ਪਿਓ ਇਹ ਕਦੀ ਮਤਲਬੇ ਔਲਾਦ ਦੇ ਦੁਸ਼ਮਣ ਨਹੀਂ ਹੋ ਸਕਦੇ ਲੇਕਿਨ ਔਲਾਦਾ ਜਿਹੜੀਆਂ ਨੇ ਉਹ ਕਈ ਵਾਰੀ ਆਪਣੇ ਪੁੱਤਰ ਹੋਣ ਦੇ ਮਰਤਬੇ ਤੋਂ ਥੱਲੇ ਡਿੱਗ ਪੈਂਦੀਆਂ ਨੇ ਵਾਹ ਹਾਂਜੀ ਔਰ ਉਹ ਆਪਣਾ ਉਹ ਜਿਹੜਾ ਆਦਬ-ਆਦਰ ਤੇ ਸਤਕਾਰ ਆਪਣੇ ਮਾਪਿਆਂ ਦਾ ਕਰਨਾ ਹੁੰਦਾ ਹੈ ਉਹਨੂੰ ਉਹ ਨਹੀਂ ਕਰਦੇ ਜਿਹੜਾ ਉਹਨਾਂ ਤੇ ਵਾਜਬ ਹੁੰਦਾ ਵਾਜਬ ਫਰਜ਼ ਉਹਨਾਂ ਦੇ ਫਰਜ਼ ਤੋਂ ਵੀ ਅਗਲੀ ਡਿਗਰੀ ਵਾਜਬ ਹੈ ਹਾਂ ਜਿਹੜਾ ਉਹਨਾਂ ਤੇ ਕਰਨਾ ਜ਼ਰੂਰੀ ਹੁੰਦਾ ਉਹਨੂੰ ਉਹ ਦੁਨਿਆਵੀ ਸਿਲਸਿਲੇ ਤੇ ਜਾਂ ਆਪਣੀ بیوی ਦੇ ਆਖੇ ਲੱਗ ਕੇ ਜਾਂ ਜਿਸਰਾ ਵੀ ਹੈ ਜਾਂ ਲੋਕੀ ਜਿਹੜੀਆਂ ਉਹ ਕੰਨਸ਼ਨ ਭਰਦੀਆਂ ਨੇ ਤੇ ਕਈ ਸਬਕ ਵੀ ਲੈਂਦੇ ਨੇ ਉਹਦੀ ਵਜ੍ਹਾ ਨਾਲ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਉਹਨਾਂ ਪੁੱਤਰਾਂ ਦੀ ਨਿੰਦਿਆ ਕੀਤੀ ਗਈ ਇਸ ਖਾਨੇ ਚ ਕਿ ਉਹਨਾਂ ਨੂੰ ਜੋ ਮਰਦੀ ਕਰਨ ਉਹਨਾਂ ਨੂੰ ਆਪਣੀ بیوی ਨੂੰ ਆਪਣੀ ਜਗ੍ਹਾ ਤੇ ਰੱਖਣ ਉਹਦੀ ਵੀ ਇੱਜ਼ਤ ਕਰਨ ਸੱਸ ਦੀ ਵੀ ਇੱਜ਼ਤ ਕਰਨ ਸਹੁਰੇ ਦੀ ਵੀ ਇੱਜ਼ਤ ਕਰਨ ਲੇਕਿਨ ਆਪਣੇ ਮਾਪਿਓ ਦੀ ਦੇ ਮੁੱਲ ਤੇ ਨਾ ਉਹਨਾਂ ਦੀ ਇੱਜ਼ਤ ਕਰਨ ਕਹਿੰਦੀ ਵੀ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਦੇਣ ਉਹਨਾਂ ਦਾ ਨਾਮ ਹੀ ਨਾ ਲੈਣ ਉਹਨਾਂ ਦਾ ਸਲਾਮ ਦੁਆ ਵੀ ਨਾ ਲੈਣ ਹਾਂਜੀ ਉਹ ਤੇ ਉਡੀਕਦੇ ਰਹਿੰਦੇ ਨੇ ਮਰਦੇ ਦਮ ਤੱਕ ਮੇਰਾ ਪੁੱਤਰ ਕਦੋਂ ਆਏਗਾ ਹਾਂਜੀ ਪੁੱਤਰ ਬਾਹਰ ਗਿਆ ਹੋਏ ਤੇ ਮਾਪਿਆਂ ਨੂੰ ਨੀਂਦਰ ਹੀ ਨਹੀਂ ਆਉਂਦੀ ਹਾਂਜੀ ਮਾਵਾ ਭੁੱਖੀਆਂ ਬਹਿ ਰਹੀਆਂ ਨੇ ਘਰ ਕੇ ਮੇਰਾ ਪੁੱਤਰ ਆਏਗਾ ਤੇ ਰੋਟੀ ਖਾਏਗਾ ਤੇ ਫੇਰ ਮੈਂ ਖਾਣ ਦੇਖੋ ਜੀ ਬੜਾ ਜ਼ਬਰਦਸਤ ਲੋਕ ਗੀਤ ਹੈ ਜੇ ਮਿਸਰਾ ਆਖਿਆ ਗਿਆ ਕਿ ਪੁੱਤਰਾਂ ਦੀ ਯਾਦ ਬੁਰੀ ਹਾਂਜੀ ਦੁੱਧ ਰੱਖ ਕੇ ਸਰਾਣੇ ਮਾਂ ਰੋਵੇ ਹਾਂਜੀ 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 ਤੇ ਬਾਪਿਆਂ ਦੇ ਤੇ ਵੇਝ ਮੁੱਕਦੇ ਹੀ ਨਹੀਂ ਨਾ ਜੀ ਜੀ ਬਾਜਵਾ ਸਾਹਿਬ ਤੁਸੀਂ ਇੱਕ ਦਿਨ ਦੱਸਿਆ ਸੀ ਵੀ ਮਾਂ ਨਾਲ ਉਹ ਹੇ ਜਲੀ ਫਫੇ ਕੁੱਟਣ ਹਾਂਜੀ ਫਫੇ ਕੁੱਟਣ ਦੇ ਹੋ ਸਕਦੀ ਦੂਜੀ ਮਾਂ ਨਹੀਂ ਕੋਈ ਆ ਨਹੀਂ ਨਹੀਂ ਉਹ ਵੀ ਉਹ ਜਿਹੜਾ ਜ਼ਬਾਨੀ ਕਲਾਮੀ ਪ੍ਰਚਾਰ ਵਾਲੇ ਲੋਕ ਗੱਲਾਂ ਨਾਲ ਜਿਵੇਂ ਬੁੱਲਿਆ ਗਿਆ ਹੈ ਬੁਲਿਆ ਉਹਨਾਂ ਕੋ ਬਚ ਕੇ ਰਹੋ ਜਿਹੜੇ ਨਿਊ ਨਿਊ ਕਰਨ ਸਲਾਮ ਚੂੜ ਸੱਚ ਮਾਰ ਕੇ ਮੈਂ ਤੇਰਾ ਬੜਾ ਹਮਦਰਦੀ ਆ ਤੇ ਆਏ ਤੇ ਉਹ ਹਮਦਰਦੀ ਨਹੀਂ ਹੁੰਦੇ ਅਸਲ 'ਚ ਉਹ ਮੱਕਵਾਰੀ ਬਾਈਵਾ ਸਾਹਿਬ ਤੁਸੀਂ ਗੱਲ ਸੁਣਾਈ ਸੀ ਕਿ ਤੁਹਾਡੇ ਇਲਾਕੇ ਦਾ ਹੀ ਕੋਈ ਬੜਾ ਵੱਡਾ ਪਾਰਲੀਮੈਂਟਰੀਅਨ ਸੀ ਜੀ 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 ਉਹਦਾ ਬਾਪ ਉਹਨੂੰ ਕਿਤੇ ਮਿਲਣ ਗਿਆ ਤੇ ਉਹਨੇ ਉਹਨੂੰ ਪਿਓ ਹੀ تسلیم ਨਾ ਕੀਤਾ ਹਾਂ ਨਹੀਂ ਦਿੱਤਾ ਤੇ ਉਹਨੇ ਫਿਰ ਆਖਿਆ ਜਾ ਹਾਂਜੀ ਜਾ ਫਿਰ ਦੁਨੀਆ ਤੋਂ ਇਸਰੇ ਜਾਏਗਾ ਲੇਕਿਨ ਮੇਰੀ ਕਬਰ ਤੇ ਵੀ ਨਹੀਂ ਨਾ ਮੇਰੀ লাশ ਨੂੰ ਕਬਰ ਚ ਪਾਈ ਆਇਆ ਔਰ ਉਹ ਵਾਕਈਂ ਇੰਜ ਹੋਇਆ ਤੇ ਉਹ ਫਿਰ ਬੰਦਾ ਇੰਜ ਹੀ ਗਿਆ ਦੁਨੀਆ ਤੋਂ ਉਹਨੇ ਫਿਰ ਮਤਲਬ ਇਹ ਬੜਾ ਵੱਡਾ ਜ਼ਿੰਮੇਦਾਰ ਸੀ ਜਾਇਦਾ ਸੀ ਵੱਡੇ ਰੁਤਬੇ ਤੇ ਸੀ ਹਾਂ ਔਰ ਬੜੀਆਂ ਜ਼ਮੀਨਾਂ ਇਹ ਉਹ ਲਈਆਂ ਲੇਕਿਨ ਉਹਨੇ ਫਿਰ ਇੱਕ ਹੋਰ ਸਿਆਸਤਦਾਨ ਬੰਦੇ ਨੂੰ ਮੁਤਬੰਨਾ ਆਪਣਾ ਬਣਾਇਆ ਹਾਂਜੀ ਲੇਕਿਨ ਉਹਦਾ ਪਿਓ ਉਹਦੇ ਤੇ ਰਾਜ਼ੀ ਨਹੀਂ ਸੀ ਗਿਆ ਆਪ ਆਪ ਫਿਰ ਉਤਰ ਖਤਰ ਵੀ ਗਿਆ ਤੇ ਆਪਣੀ ਜ਼ਮੀਨ ਵੀ ਕਿਸੇ ਨੂੰ ਹਾਂ ਜੀ ਉਹ ਮਤਲਬ ਲੈ ਪਾਲਤ ਬੱਚਾ ਬਰਾ ਕੇ ਤੇ ਉਹਨੂੰ ਦੇ ਗਿਆ ਹਾਂ ਜੀ ਮਮਤਾ ਦੌਲਤਾ ਨੇ ਇਹਨੂੰ ਬਣਾਇਆ ਸੀ ਹਾਂ ਹਾਂ ਤੇ ਦੇਖੋ ਨਾ ਕਿ ਬਾਪ ਦੀ ਕੈਸੀ ਬਾਤ ਹੋਣ ਲੱਗੀ ਹਾਂ ਨਾ ਮਾਪੇ ਬਾਦੋ-ਅਦ ਦੇਂਦੇ ਤੇ ਦੇਂਦੇ ਤੇ ਨਹੀਂ ਲੇਕਿਨ ਵੇਖੋ ਜੀ ਖੁਦਾ ਵੀ ਤੇ ਉੱਤੇ ਵਹਿੰਦੇ ਵਹਿੰਦਾ ਨਾ ਬਿਆਸਾਰਾ ਸਿੱਧਾ ਹਾਂ ਜੀ ਹਾਂ ਜੀ ਹਾਂ ਜੀ ਦੇਂਦੇ ਤੇ ਨਹੀਂ ਲੇਕਿਨ ਬਾਜਵਾ ਸਾਹਿਬ ਅੱਲਾਹ ਪਾਕ ਸੱਚੇ ਦੇ

ਲੋ ਜੀ ਪਿਆਰਿਓ ਮਾਪੇ ਕਮਾਪੇ ਨਹੀਂ ਹੁੰਦੇ ਪੁੱਤਰ ਇੱਕ ਪੁੱਤਰ ਹੋ ਜਾਂਦੇ ਨੇ ਯਾਨੀ ਮਾਂ ਦੀ ਮਮਤਾ ਤੇ ਬਾਪ ਦੀ ਸ਼ਫਕਤ ਜਿਹੜੀ ਏ ਉਹਦੇ ਚ ਕਿਸੇ ਮੌਕੇ ਦੇ ਉੱਤੇ ਵੀ ਪੂਰੀ ਹਿਆਤੀ ਚ ਕਮੀ ਨਹੀਂ ਹੁੰਦੀ ਔਲਾਦ ਜਿਹੜੀ ਏ ਉਹ ਨਾ ਹਲਫ ਨਿਕਲ ਆਵੇ ਨਾ ਹਜ਼ਾਰ ਨਿਕਲ ਆਵੇ ਨਾ ਫਰਮਾਨ ਨਿਕਲ ਆਵੇ ਮਾਪਿਆਂ ਨੂੰ ਹਦੋਂ ਵੱਦ ਤਾ ਦੇਵੇ ਤੇ ਫੇਰ ਪਿਆਰਿਓ ਮਾਪਿਆਂ ਦੇ ਮੂੰਹੋਂ ਨਿਕਲੀ ਹੋਈ ਜਿਹੜੀ ਵੱਦ ਦੁਆ ਹੈ ਉਹ ਵੀ ਫਿਰ ਸ਼ਹਿਨਸ਼ਾ ਫੌਰੀ ਕਬੂਲ ਕਰਦਾ ਹੈ ਇੱਕ ਬੜੀ ਖੂਬਸੂਰਤ ਪਿਆਰੇ ਨਬੀ پاک ਸੱਚਿਆਂ ਦੀ ਹਦੀਸੇ ਪਾਕ ਜਿਹਨੂੰ ਉਰਦੂ ਦੇ ਇੱਕ ਸ਼ਾਇਰ ਨੇ ਬੜਾ ਸੋਹਣਾ ਦੋ ਤਿੰਨ ਸ਼ੇਰਾਂ ਦੇ ਵਿੱਚ ਬਿਆਨ ਕੀਤਾ ਉਹਨਾਂ ਇਹ ਲਿਖਿਆ ਸੀ ਕਿ ਇੱਕ ਦਿਨ ਰਸੂਲੇ ਪਾਕ ਨੇ ਅਸਹਾਬ ਸੇ ਇਹ ਲਫ਼ਜ਼ ਫਰਮਾਇਆ ਤਿੰਨ ਬਾਰ ਕੇ नाक ਉਸकी ਕੱਟ ਗਈ नाक उसकी कट गई नाक उसकी कट गई असहाब ने कहा कि है वो कौन ना खलफ तो जिसकी हजरते बारी में घट गई हजूर ने कहा कि है वो पिसरे ना खलफ घर जिसके जन्नत आई और आकर पलट गई बुढ़ापे में न हो जिसे माँ बाप का ख्याल ਉਸ ਨਾਸਾਇਦ ਬੇਟੇ ਦੀ ਕਿਸਮਤ ਉਲਟ ਗਈ ਤੇ ਪਿਆਰਿਓ ਬੁੱਢੇ ਮਾਂ ਬਾਪ ਦੀਆਂ ਦੁਆਵਾਂ ਲੈਣੀਆਂ ਚਾਹੀਦੀਆਂ ਨੇ ਸਿਰਫ ਬੇਗਮਾਤ ਦੇ ਆਖਿਆ ਮਾਂ ਬਾਪ ਦੀ ਬੇਅਦ ਵੀ ਨਹੀਂ ਕਈ ਬੰਦੇ ਅਸੀਂ ਐਸੇ ਵੀ ਦੇਖੇ ਨੇ ਜਿਹੜੇ ਥੋੜਾ ਜਿਹਾ ਵੱਡਾ ਅਫਸਰ ਕੋਈ ਲੱਗ ਗਿਆ ਬਾਪ ਕੋਈ ਗਰੀਬ ਸੀ ਮਿਹਨਤ ਕਸ਼ ਸੀ ਕਿਸੇ ਸਕੂਲ ਦਾ ਚਪੜਾ ਸੀ ਸੀ ਜਾਂ ਉਹ ਮਜ਼ਦੂਰੀ ਕਰਕੇ ਪੜਾਦਾ ਸੀ ਪੁੱਤਰ ਐਸਪੀ ਹੋ ਗਿਆ ਜਾਂ ਡੀਸੀ ਲੱਗ ਗਿਆ ਉਹਨੇ ਪਿਓ ਨੂੰ ਪਛਾਣਨ ਨੂੰ ਤੇ ਇਨਕਾਰ ਕਰ ਦਿੱਤਾ ਕਿੰਨੀ ਜ਼ਿਆਤੀ ਇਹਦੇ ਨਾਲੋਂ ਤੇ ਪਿਆਰਿਓ ਉਹ ਮਸੀਹੀ ਮੁੰਡਾ ਜਿਹਨੇ ਟੀਵੀਆਂ ਦੇ ਉੱਤੇ ਇੰਟਰਵਿਊ ਦਿੱਤੇ ਸਨ ਐਸਆਈ ਵਾਲ ਉਕਾਰੇ ਦੇ ਨਾਲ ਇੱਕ ਪਿੰਡ ਦਾ ਮਸੀਹੀ ਬੱਚਾ ਸੀ ਅੱਜ ਅੱਜ ਵੀ ਤੁਸੀਂ ਨੈਟ ਤੇ ਦੇਖੋ ਉਹਦੀ ਸਾਰੀ ਕਹਾਣੀ ਪਈ ਹੋਈ ਏ ਉਹ ਮੁੰਡਾ ਆਪਣੇ ਮਾਂ ਤੇ ਬਾਪ ਜਿਹੜੇ ਕਿ ਦੋਵੇਂ ਸਵੀਪਰ ਸਨ ਔਰ ਬਲਦਿਆਜ ਮੁਲਾਜ਼ਮ ਸਨ ਔਰ ਖਾਕਰੋਬ ਸਨ ਝਾੜੂ ਮਾਰਦੇ ਸਨ ਉਹਨਾਂ ਦਾ ਪੁੱਤਰ ਮਾਂ ਪਿਓ ਦੇ ਨਾਲ ਝਾੜੂ ਵੀ ਮਾਰ ਹੁੰਦਾ ਹੁੰਦਾ ਸੀ ਤੇ ਘਰ ਆ ਕੇ ਪੜਦਾ ਵੀ ਹੁੰਦਾ ਸੀ ਔਰ ਉਹ ਬੱਚਾ ਡਾਇਰੈਕਟ ਮੈਜਿਸਟ੍ਰੇਟ ਪਰਤੀ ਹੋਇਆ ਔਰ ਦੁਨੀਆ ਦੇ ਸਾਰੇ ਜਿਸ ਵੇਲੇ ਟੀਵੀਆਂ ਆਲੇ ਤੇ ਮੀਡੀਆ ਉਹਨਾਂ ਦੇ ਬੁਹੇ ਗਿਆ ਤੇ ਉਹਨੇ ਦੱਸਿਆ ਪਈ ਇਹ ਮੇਰੀ ਮਾਂ ਵੀ ਝਾੜੂ ਫੇਰਦੀ ਐ ਤੇ ਮੇਰਾ ਬਾਪ ਉਹਨੇ ਇਹ ਨਹੀਂ ਆਖਿਆ ਕਿ ਇਹ ਮੇਰੇ ਮਾਂ ਪਿਓ ਹੀ ਨਹੀਂ ਇਹ ਖਾਨਦਾਨੀ ਪੰਨ ਹੁੰਦਾ ਯਾਰੋ ਚੰਗੇ ਖੂਨ ਦੀ ਇਹ ਨਿਸ਼ਾਨੀ ਹੁੰਦੀ ਹੈ ਇਹ ਨਿਸ਼ਾਨੇ ਨਹੀਂ ਚੰਗੇ ਖੂਨ ਦੀ ਕਿ ਗੱਡੀ ਵੱਡੀ ਕਿਹਦੇ ਕੋਲ ਤੇ ਪਿਓ ਕਿਹਦਾ ਵੱਡਾ ਚੌਧਰੀ ਕੋ ਆਂਦਾ ਪੁੱਤਰ ਦੀਆਂ ਹਰਕਤਾਂ ਹੀ ਨਾ ਹਲਫ਼ ਔਰ ਨਾ ਫਰਮਾਨ ਬੱਚੇ ਵਾਲੀਆਂ ਹੋਣ ਤੇ ਭਾਵੇਂ ਕਿੱਡੇ ਵੱਡੇ ਚੌਧਰੀ ਦਾ ਪੁੱਤਰ ਹੋਵੇ ਉਹ ਬੰਦੇ ਦਾ ਪੁੱਤਰ ਤੇ ਨਹੀਂ ਨਾ ਫਿਰ ਹਾਂਜੀ ਉਹ ਮੈਨੂੰ ਨਾ ਇੱਕ ਵਾਕਿਆ ਯਾਦ ਆ ਗਿਆ ਕਿ ਇੱਕ ਬੜਾ ਕੋਈ ਵੱਡਾ ਅਫਸਰ ਸੀ ਤੇ ਉਹਦਾ ਨਾਮ ਅਬਦੁੱਲਾ ਸੀ ਜੀ ਜੀ ਤੇ ਉਹਦਾ ਵੇਖੋ ਨਾ ਚੰਗੀ ਔਲਾਦ ਵੀ ਹੁੰਦੀ ਹੈ ਵਾਹ ਵਾਹ ਅੱਛਾ ਤੀ ਉਹ ਮਤਲਬ ਇਹ ਵੇ ਕਿ ਅਬਦੁੱਲਾ ਸੀ ਤੇ ਉਹਦਾ ਪਿਓ ਗਿਆ ਤੇ ਉਹਨੇ ਤੇ ਹੁਣ ਦੁੱਲਾ ਹੀ ਆਖਣਾ ਸੀ ਹਾਂ ਉਹ ਦੁੱਲਿਆ ਬਰਾ ਗੱਲ ਸੁਣ ਵਾਹ ਤੇ ਉਹ ਨਾ ਨਾਲ ਬੈਠਾ ਸੀ ਆਪਣੇ ਅਫਸਰਾਂ ਦੇ ਵਿੱਚ ਤੇ ਉਹ ਨਾ ਆਖਿਆ ਤੇਰਾ ਪਿਓ ਕਿੱਡਾ ਜਾਹਲ ਏ ਤੇਰਾ ਨਾਂ ਵੀ ਪੂਰਾ ਨਹੀਂ ਛੱਦਿਆ ਉਹਨੇ ਆਖਿਆ ਮੇਰਾ ਪਿਓ ਜਾਹਲ ਨਹੀਂ ਇਹਦਾ ਪਿਓ ਜਾਹਲ ਸੀ ਜਿੰਨੇ ਉਹਨੂੰ ਪੜਾਇਆ ਨਹੀਂ ਸੀ ਇਹਨੇ ਤੇ ਮੈਨੂੰ ਪੜਾਇਆ ਤੇ ਮੈਂ ਜਿਹੜਾ ਵੱਡਾ ਅਫਸਰ ਹੋ ਕੇ ਤੁਹਾਡੇ ਵਿੱਚ ਬੈਠਾ ਆਇਆ ਇਹ ਜਾਹਲ ਨਹੀਂ ਹਾਂਜੀ ਤੂੰ ਗੱਲ ਇਹ ਹੈ ਕਿ ਚੰਗੇ ਵੀ ਆਏ ਭਾਈਵਾ ਸਾਹਿਬ ਨਾਲ ਹੋ ਸਕਦਾ ਉਹ ਪਿਆਰ ਨਾਲ ਦੁਲਾ ਆਂਦਾ ਹੋਵੇ ਹਾਂਜੀ ਹਾਂਜੀ ਪਿਆਰ ਨਾਲ ਵੀ ਜਾਂਦਾ ਸੀ ਨਾ ਨਾਲੇ ਵੇਖੋ ਨਾ ਜੀ ਮੰਦਿਆਂ ਦੇ ਚੰਗੇ ਤੇ ਚੰਗਿਆਂ ਦੇ ਮੰਦੇ ਇਹ ਕੁਦਰਤ ਦਾ ਨਿਜ਼ਾਮ ਹੈ ਇਹ ਵੇਖੋ ਨਾ ਬੀਡੀਏ ਕਣਕ ਤੇ ਉਹ ਗੰਢਾਲ ਪੈਂਦੀ ਭਾਵੇਂ ਖਾਸ ਨੇਈਂ ਦੀ ਵੰਡ ਹੋਵੇ ਹਾਂਜੀ ਹਾਂਜੀ ਤੂੰ ਗੱਲ ਇਹ ਖੁਦਾ ਦਾ ਨਿਜ਼ਾਮ ਹੈ ਲੇਕਿਨ ਸਾਨੂੰ ਤੇ ਆਪਣੇ ਫਰਜ਼ ਪੂਰੇ ਕਰਨੇ ਚਾਹੀਦੇ ਸਿਰਫ ਮਾਪਿਆਂ ਨੂੰ ਹੀ ਨਹੀਂ ਜੀ ਔਲਾਦ ਨੂੰ ਵੀ ਆ ਸਾਰਿਆਂ ਨੂੰ ਗੁਵੱਲੀ ਸਾਰਿਆਂ ਨੂੰ ਲਮਾਪੇ ਤੇ ਕਰਦੇ ਹੀ ਨੇ ਜਿੰਨੇ ਜੋਗੇ ਨੇ ਹਾਂ ਜੀ ਬਾਈ ਬਾ ਸਾਹਿਬ ਸਿਆਲ ਕੋਟ 에어ਪੋਰਟ ਤੋਂ ਹੂੰ ਚੌਧਰੀ ਮੁਹੰਮਦ 우ਮੈਰ ਘੁਮਣ ਸਾਹਿਬ ਜੀ ਜੀ ਉਹਨਾਂ ਜਨਾਬ ਅਖਾਨ ਪਜਵਾਇਆ ਹੂੰ ਉਹ ਆਹਦੇ ਨੇ ਵੀ ਕੰਦ ਹੂੰ ਢਾਈ ਆ ਲਿਆਂ ਹੂੰ ਤੇ ਘਰ ਖਾਦਾ ਸਾਲਿਆਂ ਇਹ ਜਿਹੜਾ ਨਾ ਜੀ ਜਦੋਂ ਕੱਚੀਆਂ ਕੰਦਾਂ ਬਣਾਈ ਦੀਆਂ ਸਨ ਨਾ ਜੀ ਜੀ ਇਹ ਉਸ ਵੇਲੇ ਦਾ ਖਾਨ ਹੈ ਕੀ ਕੰਦ ਜਿਹੜੀ ਕੰਦ ਬਣਾਣੀ ਤੇ ਨਾਲ ਉਹਦੇ ਆਲੇ ਬਣਾ ਦੇਣੇ ਇਹ ਕੁੱਕੜਾਂ ਵਾਲਾ ਆਲਾ ਤੇ ਲੱਕੜਾਂ ਵਾਲਾ ਆਲਾ ਤੇ ਗੋਹਿਆਂ ਵਾਲਾ ਆਲਾ ਦੀਵੇ ਵਾਲਾ ਅਜਾ ਦੀਵੇ ਵਾਲਾ ਤੂੰ ਉਹ ਦੀਵੇ ਵਾਲਾ ਤੇ ਜਿਹੜਾ ਸੀ ਉਹ ਤੇ ਚੁਖਾਲਾ ਹੁੰਦਾ ਸੀ ਜਿਹਦੇ ਵਿੱਚ ਕੰਦ ਦੇ ਉਹ ਦੀਵੇ ਵਾਲੀ ਜਗ੍ਹਾ ਰੱਖੀ ਹੋਣੀ ਹਾਂਜੀ ਅੱਛਾ ਤੇ ਉਹ ਜਿਹੜੇ ਆਲੇ ਵਿੱਚ ਰੱਖੇ ਨੇ ਨਾ ਜੀ ਉਹਦੇ ਸੁਰਾਖ ਹਾਂਜੀ ਹੋਰ ਵੀ ਅਸਰਾ ਮੱਲਵੇ ਰੱਖਣੇ ਕੁਝ ਆਲੇ ਦੀ ਕੋਈ ਚੀਜ਼ਾਂ ਵਿੱਚ ਰੱਖ ਲਾਂਗੇ ਹਾਂਜੀ ਉਹ ਮਤਲਬ ਇਹ ਵੇ ਵੀ ਕੰਧ ਕਮਜ਼ੋਰ ਹੋ ਜਾਂਦੀ ਹੈ ਜਿਸ ਤਰ੍ਹਾਂ ਉਹਨਾਂ ਲਮਾਰੀ ਵੀ ਤੁਸੀਂ ਰੱਖਦੇ ਹੋ ਕੰਧ ਦੇ ਵਿੱਚ ਹਾਂਜੀ ਹਾਂਜੀ ਤੂੰ ਜ਼ਾਹਰ ਕੰਧ ਤੇ ਪਿੱਛੋਂ ਫਿਰ ਉਹ ਬਿਲਕੁਲ ਕਮਜ਼ੋਰ ਹੋ ਗਈ ਨਾ ਔਰ ਇਸਰਾ ਹੀ ਮਤਲਬ ਇਹ ਵੇ ਕਿ ਉਹ ਜਿਹੜੀ ਕੰਧ ਦੇ ਬੰਦੇ ਨੂੰ ਸਮਝ ਨਹੀਂ ਲੱਗਦੀ ਵੀ ਮੈਂ ਇਹਦੀ ਪਕਿਆਈ ਵੱਲ ਧਿਆਨ ਰੱਖਾਂ ਜੋ ਚੋਖੇ ਸਾਰੀਆਂ ਵਿੱਚ ਪਾਵੇ ਕਹਿੰਦਾ ਬੀਬੀਆਂ ਛਤਿਆਮੀ ਵਿੱਚ ਵੜੀ ਜਾਂਦੀਆਂ ਨੇ ਹਾਂਜੀ ਤੇ ਇੱਥੇ ਚਖਾਲਾ ਰੱਖੋ ਜੀ ਇੱਥੇ ਦੀਵਾ ਬਾਲਣ ਵਾਲਾ ਥਾਂ ਰੱਖੋ ਜੀ ਇੱਥੇ ਲਮਾਰੀ ਛੋਟੀ ਜੀ ਰੱਖਦੇ ਹੋ ਜੀ ਤੇ ਉਹ ਸਾਰਾ ਇਹ ਆਲੇ ਦੀ ਸ਼ਕਲ ਹੀ ਹੈ ਨਾ ਆਲੇ ਜੀ ਹਾਂਜੀ ਤੇ ਕੁਝ ਨਾਲ ਉਹਦੇ ਮਲਬੇ ਵਾਲੇ ਜੋੜ ਕੇ ਬਣਾ ਦੇਣੇ ਆ ਜਿਹੜੇ ਕੁੱਕੜਾਂ ਵਾਲੇ ਹਾਂਜੀ ਖੁੱਡੇ ਛੁੱਡੇ ਹਾਂਜੀ ਤਾਂ ਉਹ ਸਾਰਾ ਜਿਹੜਾ ਨਾ ਉਹ ਕੰਦ ਦਾ ਜ਼ਾਰ ਉਹਦੇ ਤੇ ਅਸਰ ਤੇ ਪੈਂਦਾ ਕੋਈ ਜਿੰਨਾ ਕਹਾਵਾ ਪੈਂਦਾ ਜੀ ਇੱਕ ਬਹੁਤ ਜ਼ੋਰ ਹੁੰਦੀ ਹੈ ਹਾਂਜੀ ਉਹਦੇ ਨਾਲ ਉਹ ਕੰਦ ਜਿਹੜੀ ਇਹ ਨਾ ਜਿੰਨੇ ਵੀ ਤੁਸੀਂ ਉਹਦੇ ਚੋਂ ਆਲੇ ਰੱਖੋਗੇ ਕਮਜ਼ੋਰੀ ਹੋ ਜਾਏਗੀ ਕੰਦ ਦੀ ਔਰ ਬਿਲਕੁਲ ਇਸੇ ਰਹੀ ਐ ਜਿਹੜਾ ਨਾ ਘਰ ਟਾਇਆ ਸਾਲਿਆ ਇਹਦੀ ਮਿਸਾਲ ਇਸ ਰਹੀ ਏ ਕਿ ਜਿਹੜੇ ਘਰ ਦੇ ਵਿੱਚ ਬਹੁਤ ਜ਼ਿਆਦਾ ਆਵਾਜ਼ਾਈ ਹੋਵੇ ਐ ਮੱਲਵੇ ਬੀਬੀ ਦੇ ਪੇਕਿਆਂ ਦੀ ਤੇ ਉਹਦੇ ਭਰਾਵਾਂ ਦੀ ਹਾਂਜੀ ਔਰ ਉਹ ਫਿਰ ਉਹਨੂੰ ਕੋ ਪੁੱਛਣ ਕਿਛਣ ਵਾਲਾ ਵੀ ਕੋਈ ਨਾ ਹੋਵੇ ਪਿਓ ਜੋ ਮਰਦੀ ਆਏ ਉਹਨਾਂ ਨੂੰ ਫੜਾਈ ਜਾਵੇ ਦਵੀ ਜਾਵੇ ਹਾਂਜੀ ਖਾਣ ਪੀਣ ਵੀ ਜ਼ਾਰ ਹੈ ਜਦੋਂ ਉਹਨੇ ਆਖਣਾ ਮੈਂ ਸਦਕੇ ਜਾਵਾਂ ਮੇਰਾ ਵੀਰ ਸੋਣਾ ਆਇਆ ਹੈ ਹਾਂਜੀ ਤੇ ਜਿਸਨਾ ਅੱਗੇ ਖਾਨ ਕੀਤਾ ਸੀ ਪਈ ਉਹ ਆਵੇ ਬੀਬੀ ਦਾ ਕੋਈ ਤੇ ਉਹ ਆਏ ਬੀਬੀ ਦੇ ਪੇਕੇ ਦੇ ਬੀਬੀ ਲਾਲ ਗੁੱਲਾ ਸੇਕੇ ਹਾਂਜੀ ਇਸ ਰਿਹਾ ਅਜਾ ਤੋ ਉਹ ਕਰ ਕਰ ਗਏ ਤੇ ਮਤਲਬ ਜ਼ਾਰੇ ਹਮਦਨ ਜਿਹੜੀ ਆ ਉਹ ਤੇ ਇੱਕ ਮਹਦੂਦ ਹੀ ਹੁੰਦੀ ਐ ਨਾ ਜੀ ਹਾਂਜੀ ਹਾਂਜੀ ਤਾਂ ਉਹ ਅਗਰ ਉੱਥੇ ਸਾਲੇ ਵਿਹਲੇ ਹੋਣ ਤੇ ਉਹਨਾਂ ਨੂੰ ਹੋਰ ਕੰਮ ਕੋਈ ਨਾ ਹੋਵੇ ਸवाय ਭੈਣ ਨੂੰ ਮਿਲਦੇ ਹਾਂ ਦਿਨ ਚਾ ਰਾਤ ਤੇ ਅੱਥੇ ਪੈਰ ਤੇ ਆਉਂਦਿਆਂ ਜਾਂਦੇ ਰਹਿਣਾ 10 ਦਿਨ 10 10 ਦਿਨ ਰਹਿਣਾ ਹਾਂ ਚੰਗਾ ਚੋਖਾ ਖਾਣਾ ਤੇ ਉਥੇ ਬਾਈਵਾ ਸਾਹਿਬ ਤੁਸੀਂ ਆਂਦੇ ਹੋ ਆਮਦਨ ਮ hạnਦੂਦ ਹੋਵੇ ਉਥੇ ਮੈਂ ਨਾ ਆਮਦਨ ਜਿੰਨੀ ਮਰਜ਼ੀ ਖੁੱਲੀ ਹੋਵੇ ਜਿੰਨੀ ਮਰਜ਼ੀ ਹੋਵੇ ਜੀ ਉਹ ਬੀਬੀਆਂ ਜਿਹੜੀਆਂ ਨੇ ਨਾ ਬੀਬੀਆਂ ਦਾ ਹੱਥ ਖੁੱਲਾ ਚਾਹੀਦਾ ਬੇਬੋ ਜੀ ਜਿਹੜੀਆਂ ਬੀਬੀਆਂ ਸਿਆਣੀਆਂ ਨੇ ਨਾ ਜੀ ਉਹ ਪੂਰਿਆ ਪੂਰਿਆ ਕਰਕੇ ਵੀ ਘਰ ਦੀ ਬਚਤ ਕਰ ਲੈਂਦੀਆਂ ਹਾਂ ਤੇ ਜਿੰਨੇ ਤਰੰਗਲੀ ਡਾਈ ਹੁੰਦੀ ਇਹਨਾਂ ਜੀ ਉਥੇ ਬਚਦਾ ਹੀ ਕੱਖ ਨਹੀਂ ਭਾਵੇਂ ਤੁਸੀਂ ਕਰੋੜਾਂ ਰੁਪਏ ਕਮਾ ਕੇ ਲੈ ਆਓ ਹਾਂਜੀ ਉਨੇ ਮਤਲਬ ਇਹ ਹੈ ਕਿ ਜਦੋਂ ਜਿੰਨੇ ਉਜਾੜ ਨਹੀਂ ਜਾੜਨਾ ਘਰਾਂ ਤੋਂ ਸਵਾਰਦੀਆਂ ਵੀ ਬੀਬੀਆਂ ਨੇ ਤੇ ਉਜਾੜਦੀਆਂ ਵੀ ਬੀਬੀਆਂ ਜੀ ਜੀ ਹਾਂਜੀ ਤੋ ਇਸ ਇਸ ਖਾਨੇ ਚ ਇਹੀ ਦੱਸਿਆ ਗਿਆ ਕਿ ਮਤਲਬ ਇਹ ਜਿਸ ਤਰ੍ਹਾਂ ਕੰਦ ਜਿਹੜੀ ਹੈ ਉਹਨੂੰ ਹਾਲੇ ਲੈ ਜਾਂਦੇ ਨੇ ਉਹਨੂੰ ਕਮਜ਼ੋਰ ਕਰ ਦਿੰਦੇ ਨੇ ਅਖੀਰ ਉਹ ਡਿੱਗ ਪੈਂਦੀ ਏ ਇਸ ਨਾਲ ਹੀ ਘਰ ਜਿਹੜੇ ਬਹੁਤਾਂ ਸਾਲਿਆਂ ਦਾ ਔਣ ਜਾਣ ਹੋਵੇ ਤੇ ਬੀਬੀ ਵੀ ਆਖੇ ਮੈਂ ਸਦਕੇ ਜਾਵਾਂ ਮੇਰਾ ਨਿੱਕਾ ਵੀਰ ਆਇਆ ਮੇਰਾ ਬਚਕਾਰਲਾ ਵੀਰ ਆਇਆ ਵੱਡਾ ਵੀਰ ਆਇਆ ਕਈਆਂ ਕਈਆਂ ਘਰਾਂ 'ਚ ਵੀਰਾਂ 'ਚ ਵੀ ਖੁਦ ਕਫੀਲ ਹੁੰਦੇ ਨੇ ਪੰਜ ਪੰਜ 7 7 ਵੀਰ ਹੋਣਗੇ ਹਾਂਜੀ ਤੇ ਉਹ ਠੀਕ ਹੈ ਫਖਰ ਦਾ ਆਹਦਾ ਨੇ ਵੀ ਸੱਤਾਂ ਭਰਾਵਾ ਦੀ ਕੱਲੀ ਪੈ ਸੱਤਾਂ ਭਰਾਵਾ ਦੀ ਕੱਲੀ ਭੈਣੇ ਤੇ ਸੱਤ ਉਸ ਦਿੱਤੇ ਜਿਹੜੇ ਨੇ ਉਹ 15 15 ਆਂ ਦੇਣਾ ਬਾਅਦ ਵੀ ਆਉਣ ਹਾਂਜੀ ਤੇ ਉਹ ਜਿਹੜਾ ਉਹ ਵਿਚਾਰਾ ਖਾਵਨ ਤੋਂ ਦਾ ਔਖਿਆਂ ਸੌਖਿਆਂ ਹੋ ਕੇ ਕਮਾਏਗਾ ਉਹ ਜੋ ਵੀ ਕਰੇਗਾ ਤੇ ਉੱਥੇ ਕਾਇ ਨੀ ਕੋਈ ਸ਼ਾਇਦ ਬਚਤ ਹੋਣੀ ਉਹ ਘਰ ਤੇ ਫਿਰ ਮੁੱਕ ਜਾਣਾ ਜੀ ਹਾਂਜੀ ਹਾਂਜੀ ਉਹਦੇ 'ਚ ਕੋਈ ਬਚਤ ਵਗੈਰਾ ਨਹੀਂ ਹੋਣੀ ਜੀ ਹਾਂਜੀ ਉਹਨਾਂ ਦੇ ਆਪਣੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਉਹਨਾਂ ਦੇ ਮੁਸਕਵਲ ਵਾਸਤੇ ਆਉਣ ਵਾਲੇ ਵੇਲੇ ਵਾਸਤੇ ਹਾਂਜੀ ਕੋਈ ਬਚਤ ਦਾ ਕੁਛ ਬਬ ਨਹੀਂ ਬਣਦਾ ਹਾਂਜੀ ਤੋ ਹਰ ਕੰਮ ਜੋਦ ਆ ਤੇ ਮੇਚੇ ਦਾ ਹੀ ਸੁਣਾ ਲੱਗਦਾ ਵਾਹ ਲਓ ਜੀ ਪਿਆਰਿਓ ਜਿਸ ਤਰ੍ਹਾਂ ਬਾਈਵਾ ਸਾਹਿਬ ਫਰਮਾਇਆ ਕਿ ਜਿਹੜੀਆਂ ਸੱਚਜੀਆਂ ਖਵਤੀਨ ਹੁੰਦੀਆਂ ਨੇ ਸੁਗੜ ਸਿਆਣੀਆਂ ਉਹ ਪੋਰੀਆ ਪੋਰੀਆ ਕਰਕੇ ਘਰ ਨੂੰ ਉਸਾਰ ਲੈਂਦੀਆਂ ਨੇ ਹਵੇਲੀ ਬਣਾ ਲੈਂਦੀਆਂ ਨੇ ਘਰ ਤੋਂ ਵੇਖੋ ਨਾ ਸਾਡੇ ਪੰਜਾਬੀ ਚ ਆਖਦੇ ਨੇ ਕਿ ਔਰਤ ذات ਜਿਹੜੀ ਹੈ ਨਾ ਸਿਆਣੀ ਹੋਵੇ ਤਾਂ ਤੇ ਸੂਈ ਦੇ ਨਕੇ ਨਾਲ ਘਰ ਬਣਾ ਵੀ ਲੈਂਦੀ ਏ ਉਸਾਰ ਵੀ ਲੈਂਦੀ ਏ ਤੇ ਢਾ ਵੀ ਦਿੰਦੀ ਏ ਜੇ ਔਰਤ ਦੀ ਮਰਜ਼ੀ ਨਾ ਹੋਵੇ ਤੇ ਜਿਹੜਾ ਇਹ ਅਖਾਂ ਨੇ ਇਹ ਬੜਾ ਹੀ ਮੱਤ ਭਰਿਆ ਅਖਾਂ ਨੇ ਇਹਦੇ ਚ ਦੇਖੋ ਨਾ ਪਈ ਕੰਧ ਢਾਈ ਆਲੇ ਆ ਬਹੁਤ ਜ਼ਿਆਦਾ ਉਹਦੇ ਵਿੱਚ ਸੁਰਾਖ ਕੰਧ ਚ ਘੁਰਨੇ ਰੱਖ ਲਈਏ ਬਹੁਤ ਸਾਰੇ ਆਲੇ ਲਮਾਰੀਆਂ ਕੁਝ ਕਿਦਰੇ ਕੋਈ ਸ਼ਿਸਟ ਰੱਖਣ ਆਸਤੇ ਕੋਈ ਕੁੰਜੀਆਂ ਰੱਖਣ ਆਸਤੇ ਕੋਈ ਦੀਵਾ ਬਾਲਣ ਆਸਤੇ ਉਹ ਫਿਰ ਕੰਦ ਕਮਜ਼ੋਰ ਹੁੰਦੀ ਜਾਂਦੀ ਹੈ ਅਲਟੀਮੇਟਲੀ ਔਰ ਇਸੇ ਤਰ੍ਹਾਂ ਹੀ ਘਰ ਟਾਇਆ ਸਾਲਿਆਂ ਤੇ ਬਾਈਵਾ ਸਾਹਿਬ ਜਿਵੇਂ ਫਰਮਾਇਆ ਕਿ ਤਵਾਤਰ ਦੇ ਨਾਲ ਸਾਲਿਆਂ ਦੀ ਆਮਦ ਔਰ ਰਫਤ ਇੱਕ ਤੇ ਉਹ ਖਾਦੇ ਪੀਂਦੇ ਨੇ ਦੂਜਾ ਭੈਣ ਅੰਡਰਹੈਂਡ ਉਹਨਾਂ ਦੀ ਕੋਈ ਮਦਦ ਮਦਦ ਵੀ ਕਰੀ ਆਵੇ ਜੇ ਉਹ ਨਾ ਕੋਈ ਕੰਮ ਕਾਜ ਕਰਦੇ ਹੋਣ ਮਖੱਟੂ ਹੋਣ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਸਸਰਾਲ ਦੀ ਆਮਦੋ ਰਫਤ ਜਦੋਂ ਹੋ ਜਾਂਦੀ ਹੈ ਫਿਰ ਉਹ ਕਈ ਗੱਲਾਂ ਭੈਣ ਨੂੰ ਪੈਸਾ ਖਾਣਗੇ ਮੈਂ ਤੇ ਪਨੂਜੇ ਚ ਐ ਵੇਖਿਆ ਪਨੂਜਾ ਜੇ ਫਰਾਨੇ ਕੋ ਖਲੋਤਾ ਹੀ ਉਹ ਲੜਾਈਆਂ ਵੀ ਪੈ ਜਾਂਦੀਆਂ ਨੇ ਤੇ ਉਹ ਘਰ ਹੀ ਖੀਰ ਟੈ ਜਾਂਦਾ ਯਾਨੀ ਕਿ ਜਿਵੇਂ ਬਾਈਵਾ ਸਾਹਿਬ ਨੇ ਆਖਰ ਤੇ ਗੱਲ ਨੂੰ ਸਮੇਟਦੇ ਆਇਆ ਆਖਿਆ ਕਿ ਹਰ ਕੰਮ ਜਿਹੜਾ ਨਾ ਜੀ ਉਹ ਮੁੱਤਦਲੀ ਜੈਸ ਜੈਜ਼ੀ ਚੰਗਾ ਤੇ ਸੋਹਣਾ ਲੱਗਦਾ ਮناسبਰੀ ਆਮਦੋ ਰਫਤ ਵੀ ਹੋਣੀ ਚਾਹੀਦੀ ਏ ਬਹੁਤ ਜ਼ਿਆਦਾ ਕਿਸੇ ਜਗ੍ਹਾ ਦੇ ਉੱਤੇ ਆਵਾਜ਼ ਆਵੀ ਜਿਹੜੀ ਹੈ ਨਾ ਜੀ ਉਹ ਵੀ ਸਿਆਣੇ ਜਿਵੇਂ ਆਖਦੇ ਨੇ ਵੀ ਇੰਨਾ ਮਿੱਠਾ ਵੀ ਨਾ ਹੋ ਕਿ ਕੋਈ ਖਾ ਹੀ ਜਾਏ ਤੇ ਇੰਨਾ ਕੌੜਾ ਵੀ ਨਾ ਹੋ ਕਿ ਕੋਈ ਥੁੱਕ ਹੀ ਛੱਡੇ ਯਾਨੀ ਇਤਦਾਲ ਪਸੰਦੀਦਾ ਰਵਈਆ ਹੀ ਮناسب ਰਵਈਆ ਹੀ ਅਪਣਾਣਾ ਸਾਨੂੰ ਚਾਹੀਦਾ ਲੋ ਜੀ ਬਾਈਵਾ ਸਾਹਿਬ ਅਸਗਰ ਯਸਦਾਨੀ ਸਾਹਿਬ ਨੇ ਰੇਨਾਲਾ ਖੁਰਦ ਤੋਂ ਹਾਂਜੀ ਹਾਂਜੀ ਉਹ ਵੀ ਸਾਡੇ ਬੜੇ ਪਿਆਰੇ ਦਰਸ਼ਕ ਨੇ ਹਾਂਜੀ ਉਹਦਾ ਪੁਰਾਣਾ ਨਾਮ ਮਲਿਆਂ ਵਾਲਾ ਸੀ ਜੀ ਅੱਛਾ ਅੱਛਾ ਆ ਉੱਥੇ ਮਲੇ ਹੁੰਦੇ ਸਨ ਬੜੇ ਹਾਂ ਤੇ ਉਹਨੂੰ ਵੀ ਫੇਰ ਨਾ ਇਹਨਾਂ ਮੁਸਲਮਾਨ ਕਰਕੇ ਉਹਦਾ ਨਾਂ ਰੀ ਨਾਲਾ ਖੁਰਦ ਰਾ ਤੇ ਦੂਸਰੇ ਜਨਾਬ ਸਾਡੇ ਬੜੇ ਹੀ ਪਿਆਰੇ ਉਹ ਵੀ ਦੋਸਤ ਨੇ ਬੜੇ ਸਾਡੇ ਪੱਕੇ ਮਿੱਤਰ ਤੇ ਪੱਕੇ ਸਾਡੇ ਵੇਖਣ ਵਾਲੇ ਨੇ ਉਹਨਾਂ ਦਾ ਇਸਮੇ ਗ੍ਰਾਮੀ ਹੈ ਅਬਦਲ ਗਫੂਰ ਜੀ ਜੀ ਉਹ ਟ੍ਰਾਂਟੋ ਤੇ ਨੇ ਜੀ ਇਹਨਾਂ ਸਰ ਦੋਹਾਂ ਨੇ ਅਖਾਨ ਨੇ ਭੇਜਿਆ ਅਖਾਨ ਇਸ ਤਰ੍ਹਾਂ ਜਨਾਬ ਕਿ ਨਨਾਨ ਦਾ ਨਨਾਨ ਵਈਆ ਮੇਰਾ ਕੀ ਲੱਗਾ ਠੁਮਕ ਠਈਆ ਹਾਂਜੀ ਇਹ ਦੱਸਿਆ ਵੇਖੋ ਜੀ ਪਹਿਲਾਂ ਜਿਹੜੀ ਇਹਨਾਂ ਨਨਾਨ ਜੀ ਅੱਛਾ ਜ਼ਾਰੇ ਉਹ ਪਰਜਾਈ ਦੀ ਭੈਣ ਨੂੰ ਆਂਦੇ ਨੇ ਯਾਨੀ ਉਹਦੀ ਜਿਹੜੀ ਬੀਵੀ ਹੁੰਦੀ ਏ ਮੁੰਡੇ ਦੀ ਹਾਂਜੀ ਉਹਦੀ ਭੈਣ ਹੋ ਗਈ ਨਾ ਹਾਂ ਅਗੂ ਉਹਦੀ ਜਿਹੜਾ ਨਨਾਨ ਵੀ ਆ ਉਹ ਜਿਹੜੀ ਉਹਦੀ ਨਨਾਨ ਹੋਏਗੀ ਹਾਂ ਉਹਦਾ ਜਿਹੜਾ ਖਾਵਨ ਦੇ ਹਾਂਜੀ ਤੇ ਇਹ ਛਾਕ ਬਹੁਤ ਦੂਰ ਚਲਾ ਜਾਂਦਾ ਹੈ ਹਾਂ ਤੇ ਉੱਥੇ ਜਾ ਕੇ ਤੇ ਉਹ ਛਾਕਾਂ ਦੀ ਜਿਹੜੇ ਨਾਂ ਰੱਖੇ ਹੋਏ ਨੇ ਨਾ ਜੀ ਉਹ ਵੀ ਮੁੱਕ ਜਾਂਦੇ ਨੇ ਮੁੱਕ ਜਾਂਦੇ ਹਾਂਜੀ ਵਾਓ ਉਹ ਫਿਰ ਇਹ ਦੱਸਿਆ ਕਿ ਆ ਪੇ ਮੇਰਾ ਫਿਰ ਕੀ ਲੱਗਾ ਠਮਕਟੀਆ ਮੇਰਾ ਉਹ ਦਿਨਾਂ ਤਲਕ ਤੇ ਨਹੀਂ ਔਰ ਇਹ ਜਿਹੜੇ ਲੋਕੀ ਸਾਡੇ ਬਾਹਰ ਜਾਂਦੇ ਨੇ ਨਾ ਉਹਨਾਂ ਨੂੰ ਲੋਕੀ ਬੜਾ ਰਿਸ਼ਤੇਦਾਰੀਆਂ ਦੇ ਵੀ ਵਾਸਤੇ ਦੇ ਕੇ ਸਾਡਾ ਮੁੰਡਾ ਵੀ ਲੈ ਜਾਓ ਹਾਂਜੀ ਜੋ ਫਲਾਣੀ ਦਾ ਲੱਗਦਾ ਜੀ ਤੋਂ ਦਾ ਗੋ ਨਨਾਨ ਵੀ ਇਹਦਾ ਪੁੱਤਰ ਦਾ ਪਤਰੀਆ ਦਾ ਚਾਚੇ ਦਾ ਉਹ ਵੀ ਆਈਏ ਤੇ ਉਹਨੂੰ ਲੈ ਜਾਓ ਤੇ ਇਹ ਮਤਲਬ ਇਹ ਸਰਾਹੀਆਂ ਚੀਜ਼ਾਂ ਜਿਹੜੀਆਂ ਨੇ ਜ਼ਾਹਰੇ ਹੋ ਰਿਸ਼ਤੇਦਾਰੀ ਤੇ ਬੜੀ ਦੂਰ ਦੀ ਹੁੰਦੀ ਹੈ ਔਰ ਅੱਜ ਤੇ ਨੇੜੇ ਦੀਆਂ ਰਿਸ਼ਤੇਦਾਰਾਂ ਨੂੰ ਮਿਲਣਾ ਔਰ ਉਹ ਬੜਾ ਔਖਾ ਕੰਮ ਹੈ ਹਾਂਜੀ ਕਿ ਬੰਦਾ ਆਪਣੇ ਨੀ ਸਾਹਮ ਸੰਭਾਲ ਅੱਗੇ ਪਿੱਛੇ ਖੁਸ਼ੀ ਗਮੀ ਮਰਨਾ ਪਰਨਾ ਇਹਦੇ ਉੱਤੇ ਜਾਣਾ ਆਉਣਾ ਬੜਾ ਔਖਾ ਕੰਮ ਹੈ ਵਾਹ ਉਹ ਫਿਰ ਬਹੁਤ ਦੂਰ ਦਾ ਜਿਹੜਾ ਸਿਲਸਿਲਾ ਹੈ ਉਹਨੂੰ ਮਤਲਬ ਇਹਨਾਂ ਵੀ ਚੇਤੇ ਜ ਰੱਖਣਾ ਜਾਂ ਉਹਨਾਂ ਨਾਲ ਮਿਲਤ-ਗਿਲਤ ਰੱਖਣੀ ਬੜੀ ਔਖੀ ਹੋ ਜਾਂਦੀ ਹੈ ਲਓ ਜੀ ਪਿਆਰਿਓ ਇਹ ਜਿਹੜਾ ਅਖਾਣ ਹੈ ਇਹ ਲੱਗਦਾ ਤੇ ਇੰਜ ਹੈ ਨਾ ਵੀ ਇਹ ਕਿਸੇ ਬੱਚੀ ਵੱਲੋਂ ਇਹ ਅਖਾਨ ਅਖਵਾਇਆ ਗਿਆ ਹੈ ਜਾਂ ਕਿਸੇ ਧੀ ਭੈਣ ਕਿਸੇ ਸਾਡੀ ਬਜ਼ੁਰਗ ਖਾਤੂਨ ਨੇ ਇਹ ਅਖਾਨ ਬਣਾਇਆ ਆਖਦੀ ਹੋਏ ਦੇ ਵਿੱਚ ਵੀ ਇਹ ਵੇ ਇਸ ਖਾਨ ਵਿੱਚ ਵੀ ਮੇਰੀ ਜਿਹੜੀ ਨਨਾ ਨਹੀਂ ਯਾਨੀ ਮੇਰੇ ਖਾਵਨ ਦੀ ਜਿਹੜੀ ਭੈਣ ਹੈ ਉਹਦੇ ਖਾਵਨ ਦੀ ਅਗੋਂ ਜਿਹੜੀ ਭੈਣ ਹੈ ਉਹਦਾ ਬੰਦਾ ਮੇਰਾ ਕੀ ਲੱਗਾ ਐਡੀ ਦੂਰ ਦੀ ਰਿਸ਼ਤੇਦਾਰੀ ਜਿਹੜੀ ਹੈ ਉਹ ਜਿਵੇਂ ਬਾਈਵਾ ਸਾਹਿਬ ਫਰਮਾਇਆ ਕਿ ਉਸ ਰਿਸ਼ਤੇ ਦੇ ਤੇ ਨਾ ਹੀ ਭੁੱਲ ਜਾਂਦੇ ਨੇ ਇਹ ਸਾਡੀ ਮਾਂ ਬੋਲੀ ਪੰਜਾਬੀ ਨੂੰ ਹੀ ਫਖਰ ਹਾਸਲ ਏ ਕਿ ਇਥੇ ਨਨਾਨ ਵੀ ਰਿਸ਼ਤੇ ਦਾ ਇੱਕ ਨਾਂ ਏ ਅੱਗੋਂ ਨਨਾਨ ਵਈਆ ਵੀ ਅਸੀਂ ਆਹਨੇ ਆਈਆਂ ਨਹੀਂ ਨਨਾਨ ਦੇ ਖਾਵੰਦ ਨੂੰ ਬਾਕੀ ਤੇ ਜਿਹੜੀ ਸਾਡੀ ਸਭ ਤੋਂ ਦੁਨੀਆ 'ਚ ਵੱਡੀ ਜ਼ੁਬਾਨ ਮੰਨੀ ਜਾਂਦੀ ਏ ਇੰਗਲਿਸ਼ ਜਿਹਨੂੰ ਅਸੀਂ ਆਹਨੇ ਆ ਤੁਸੀਂ ਉਹ ਵੇਖ ਲਵੋਗੇ ਇੰਗਲਿਸ਼ ਤੇ ਹਰ ਥਾਂ ਬਰਦਰ ਇਨ ਲਾਟ ਸਿਸਟਰ ਇਨ ਲਾਈਕ ਆ ਕੇ ਤਾਂ ਗੱਲ ਮਕਾ ਛੱਡਦੇ ਨੇ ਲੇਕਿਨ ਉਹ ਬਾਈਵਾ ਸਾਹਿਬ ਨੇ ਕਿਹਾ ਵੀ ਨਨਾਨਦ ਨਾਨਵਿਆ ਉਥੋਂ ਅਗਲੇ ਜਿਹੜਾ ਉਥੇ ਤਾਂ ਰਿਸ਼ਤਾ ਹੀ ਵਕਈ ਮੁੱਕ ਜਾਂਦਾ ਉਹ ਤੋਂ ਅਗਲੇ ਨੂੰ ਬੰਦਾ ਕੀ ਆਖੇ ਤੇ ਐਡੀ ਦੂਰ ਦੇ ਜਿਹੜੇ ਰਿਸ਼ਤੇ ਨੇ ਅੱਜ ਕੱਲ ਦੇ ਦੌਰ ਦੇ ਵਿੱਚ ਪਿਆਰਿਓ ਜਿਹੜੇ ਬਿਲਕੁਲ ਕਰੀਬੀ ਤੇ ਹਕੀਕੀ ਤੇ ਸਕੇ ਰਿਸ਼ਤੇ ਨੇ ਉਹਨਾਂ ਨਾਲ ਨਿਭਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਤੇ ਏਡੀ ਏਡੀ ਦੂਰ ਦੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਨੂੰ ਤੇ ਰਾਜ਼ੀ ਰੱਖਣਾ ਬਿਲਕੁਲ ਹੀ ਸਮਝ ਲੋਗੇ ਮੁਹਾਲ ਹੈ ਔਰ ਮਮਕੀਨ ਹੀ ਨਹੀਂ ਤੇ ਏਡੀ ਦੂਰ ਦੇ ਰਿਸ਼ਤੇਦਾਰਾਂ ਦੇ ਨਾਲ ਰਿਸ਼ਤੇਦਾਰੀ ਤੇ ਸਾਾਕਾਦਾਰੀ ਵੀ ਕਾਦੀ ਹੁੰਦੀ ਹੈ ਰਿਸ਼ਤੇਦਾਰੀ ਤੇ ਉਹ ਹੈ ਜਿਹੜੇ ਕਰੀਬ ਹੋਣ ਜਿਹੜੇ ਲੱਗਦੇ ਹੋਣ ਹਕੀਕੀ ਤੇ ਖੂਨੀ ਰਿਸ਼ਤੇ ਔਰ ਜਿਨ੍ਹਾਂ ਨਾਲ ਬੰਦਾ ਰੋਜ਼ ਮਿਲਦਾ ਗਿਲਦਾ ਰਵੇ ਕਿਉਂਕਿ ਸਾਡੇ ਦੇਸ਼ ਪੰਜਾਬ ਵਿੱਚ ਹੀ ਆਖਦੇ ਨੇ ਕਿ ਸਾਾਕ ਮਿਲਦੇ ਆਂਦੇ ਤੇ ਖੂਬ ਵਗਦੇ ਆਂਗੇ ਜਿਹਨੂੰ ਮਿਲਣਾ ਗਿਲਣਾ ਹੀ ਨਹੀਂ ਨਾਨ ਦੇ ਨਾਨ ਨ ਵੀ ਇਹਨੂੰ ਕਿੰਨੇ ਜਾ ਕੇ ਮਿਲਣਾ ਤੇ ਕਾਦਾ ਉਹਦਾ ਰਿਸ਼ਤਾ ਹੈ ਇਸ ਤੋਂ ਇਸ ਖਾਨੇ 'ਚ ਮਤ ਦਿੱਤੀ ਗਈ ਹੋਈ ਹੈ ਕਿ ਅੰਗ ਸਾਖ ਜਿਹੜੇ ਨੇ ਉਹ ਕਰੀਬੀ ਤੇ ਖੂਨੀ ਤੇ ਸਕੇ ਰਿਸ਼ਤੇ ਜਿਹੜੇ ਨੇ ਉਹੀ ਰਿਸ਼ਤੇਦਾਰੀਆਂ ਅਸਲੀ ਹੁੰਦੀਆਂ ਨੇ ਸਾਬੋ ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਬੀਤ ਗਿਆ ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ